ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਤੇ ਮੈਂ ਸੁਰਬੀ ਪ੍ਰੋਗਰਾਮ ਗੱਲਾਂ ਟੈਡੀਅਮ ਮੀਡੀਆ ਲੈ ਕੇ ਇੱਕ ਵਾਰ ਫੇਰ ਤੁਹਾਾਸ ਰਾਂ ਤੇ ਮੇਰੇ ਨਾਲ ਮੌਜੂਦ ਹੈ ਜੀ ਸੰਦੀਪ ਯਸ਼ ਖੰਨਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਵੀ ਤੁਹਾਡਾ ਵੀ ਇਹ ਗੱਲ ਟੀਡੀਅਮ ਮੀਡੀਆ ਇੰਦਾ ਕਿਉਂ ਦੱਬਿਆ ਹੱਥ ਨੂੰ ਕਿਉਂ ਗਿਆ ਅੱਜ ਟੈਡੀਅਮ ਮੀਡੀਆ ਗੱਲਾਂ ਪ੍ਰੋਗਰਾਮ ਥੋੜਾ ਸਿਕੜ ਗਿਆ ਠੰਡ ਬਗੈ ਨਾ ਇੱਕ ਮਿੰਟ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਗੱਲਾਂ ਟੈਡੀਅਮ ਮੀਡੀਆ ਦੇ ਵਿੱਚ ਗੱਲ ਇਹ ਆ ਕਿ ਹੱਥ ਪੈਰ ਸੌਂਦੇ ਪੈਣੇ ਠੰਡ ਬਹੁਤ ਜ਼ਿਆਦਾ ਹੋ ਗਈ ਆ ਨੀਤਾ ਸੁਰਵੀ ਅੱਜ ਜੁਡੋ ਕਰਾਟੇ ਦੇ ਮੂਡ ਵਿੱਚ ਸੀ ਚੰਗਾ ਠੰਡ ਪੈਣ ਲੱਗ ਪਈ ਹੁਣ ਸੁੱਕੜ ਗਈ ਐ ਸੁੰਬੜ ਕੇ ਬੈਠੋਗੀ ਚਲੋ ਵਦਿਆ ਜੀ ਅੱਗੇ ਵਦੋ ਅੱਗੇ ਕੀ ਵਦਣਾ ਠੰਡ ਵਦਨ ਹੀ ਨਹੀਂ ਦੇ ਰਹੀ ਅੱਗੇ ਕੋਸੇ ਸੁਚਨ ਨੂੰ ਵੀ ਠੰਡ ਲੱਗੀ ਪਈ ਦਿਮਾਗ ਨੂੰ ਵੀ ਠੰਡ ਲੱਗੀ ਪਈ ਵਿਚਾਰ ਹੀ ਨਹੀਂ ਆਉਂਦੇ ਪਏ ਗੱਲਾਂ ਟੇਡੀਆਂ ਮੇਡੀਆਂ ਸਿੱਧੀਆਂ ਹੋ ਗਈਆਂ ਕਿ ਸੁੰਨ ਹੋ ਕੇ ਸੌਂਗ ਹੈ ਜਾਂ ਨਹੀਂ ਇੱਕ ਤਾਂ ਬਰਫ਼ ਬਾਹਰ ਜੰਮਦੀ ਨਾ ਸਾਡੇ ਸਰੀਰ ਤੇ ਦਿਮਾਗ ਤੇ ਬਰਫ਼ ਜੰਮ ਜਾਂਦੀ ਐ ਮਤਲਬ ਜਿੱਦਾਂ ਲੱਗਦਾ ਕੁਝ ਜੰਮ ਗਿਆ ਚੱਲਣਾ ਬੰਦ ਹੋ ਗਈ ਐ ਮਸ਼ ਸਰਦੀ ਦੇ ਵਿੱਚ ਨਾ ਵਾਕਈ ਆ ਦਿਮਾਗ ਕੰਮ ਨਹੀਂ ਕਰਦਾ ਹੁੰਦਾ ਔਰ ਕਈ ਤਾਂ ਬਹੁਤ ਜ਼ਿਆਦਾ ਸਰਦੀ ਮੰਨਦੇ ਨੇ ਔਰ ਬਜ਼ੁਰਗ ਕਹਿੰਦੇ ਨੇ ਸਰਦੀ ਤੇ ਸ਼ਰਮ ਹੂੰ ਜਿੰਨੀ ਮਹਿਸੂਸ ਕਰੋ ਉਨੀ ਲੱਗਦੀ ਹੁੰਦੀ ਹੈ ਇਸ ਕਰਕੇ ਘੱਟ ਮਹਿਸੂਸ ਕਰਨੀ ਚਾਹੀਦੀ ਹੈ ਸ਼ਰਮ ਘੱਟ ਮਹਿਸੂਸ ਕਰੋ ਨਹੀਂ ਤਾਂ ਬੰਦਾ ਭੁੱਖਾ ਰਹਿ ਜਾਂਦਾ ਹੈ ਹੈਨਾ ਇਸ ਕਰਕੇ ਠੰਡ ਵੀ ਘੱਟ ਮਹਿਸੂਸ ਕਰੋ ਨਹੀਂ ਤਾਂ ਪ੍ਰੋਗਰਾਮ ਕਿਵੇਂ ਕਰਾਂਗੇ ਆਪਾਂ ਇਹ ਵੀ ਗੱਲ ਸੋ ਰਜਾਈ ਲੈ ਕੇ ਬੈ ਕੇ ਤਾਂ ਆਪਾਂ ਪ੍ਰੋਗਰਾਮ ਕਰ ਨਹੀਂ ਸਕਦੇ ਬਿਲਕੁਲ ਨਹੀਂ ਕਰ ਸਕਦੇ ਸੋ ਇਸ ਵੇਲੇ ਸਾਨੂੰ ਭੁੱਲਣਾ ਪੈਣਾ ਹੈ ਕਿ ਠੰਡ ਹੈਗੀ ਹੈ ਬਟ ਮੈਂ ਭੁੱਲ ਨਹੀਂ ਪਾ ਰਹੀ ਕਿਉਂਕਿ ਮੈਨੂੰ ਬਹੁਤ ਢਣ ਲੱਗ ਰਹੀ ਹੈ ਇਹ ਬਹੁਤ ਵਸੇ ਬਹੁਤ ਵੱਡੀ ਗੱਲ ਕਹਿ ਰਹੀ ਹਾਂ ਭੁੱਲਣ ਵਾਸਤੇ ਐਡੀ ਵੱਡੀ ਗੱਲ ਨਹੀਂ ਪੁੰਡੀ ਜਾ ਸਕਦੀ ਕਿਉਂਕਿ ਪੂਰੀ ਦੁਨੀਆ ਚ ਖੈਰ ਕਈ ਮੁਲਕਾਂ ਦੇ ਵਿੱਚ ਪੰਜਾਬੀ ਪੰਜਾਬੀ ਕਹਿ ਗਿਆ ਨਹੀਂ ਨਹੀਂ ਗਰਮੀ ਪੰਜਾਬ ਨੂੰ ਜਿੱਥੇ ਹੋਣ ਉਥੇ ਗਰਮੀ ਜ਼ਰੂਰ ਹੁੰਦੀ ਆ ਕਈ ਮੁਲਕਾਂ ਦੇ ਵਿੱਚ ਵੀ ਹਰ ਮੁਲਕ ਚ ਹੈ ਨਾ ਕਈ ਮੁਲਕਾਂ ਦੇ ਵਿੱਚ ਨਾ ਗਰਮੀ ਬਹੁਤ ਆ ਪਰ ਇੱਥੇ ਦੇਖੋ ਨਿਊਜ਼ੀਲੈਂਡ ਦੇ ਵਿੱਚ ਪਾਣੀ ਦੀ ਕਮੀ ਹੋਈ ਹੋਈ ਹੈ ਉੱਤੇ ਵੀ ਗਰਮੀ ਬਹੁਤ ਪੈਂਦੀ ਪਈ ਆ ਲੋਕਾਂ ਨੂੰ ਕਿਹਾ ਗਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਪਾਣੀ ਵੇਸਟ ਨਹੀਂ ਕਰਨਾ ਅਮਰੀਕਾ ਦੇ ਵਿੱਚ ਬਰਫੀਲਾ ਤੂਫਾਨ ਆ ਗਿਆ ਦੱਸੋ ਕੈਨੇਡਾ ਦੇ ਵਿੱਚ ਵੀ 0°C ਟੈਂਪਰੇਚਰ ਹੋ ਚੁੱਕਿਆ ਜਿਸ ਤੋਂ ਬਾਅਦ ਇਹ ਹੁਣ ਬਹੁਤ ਜ਼ਿਆਦਾ ਖਤਰਾ ਮੰਡਰਾ ਰਿਹਾ ਹੁੰਦਾ ਯਾ ਔਰ ਕਹਿੰਦੇ ਨੇ ਕਿ ਕਿਸੇ ਨੂੰ ਪੁੱਛਿਆ ਗਿਆ ਸਭ ਤੋਂ ਜ਼ਿਆਦਾ ਠੰਡ ਕਿੱਥੇ ਹੁੰਦੀ ਆ ਬਰਫ਼ ਕਿੱਥੇ ਜੰਮਦੀ ਆ ਕਹਿੰਦਾ ਜੀ ਸਾਡੇ ਫ੍ਰਿਜ ਦੇ ਫ੍ਰੀਜ਼ਰ ਦੇ ਵਿੱਚ ਪਰ ਉਹ ਤਾਂ ਚਲੋ ਮਜ਼ਾਕ ਦੀ ਗੱਲ ਆ ਪਰ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਠੰਡ ਪਤਾ ਕਿੱਥੇ ਪੈਂਦੀ ਆ ਰਸ਼ੀਆ ਰਸ਼ੀਆ साइबेरिया ओत्ते एक छोटा जा पिंड है याकुतिया अच्छा ओत्ते -71 डिग्री रिकॉर्ड कीता गया -71 डिग्री दसो तूं किसे जानते हो लगातार पे रहदे की हटजंदी विच नहीं नहीं एत्तो 50 तो ਥੱਲੇ ਹੀ ਰਹਿੰਦੀ ਆ اچھا 50 -50 ਦਾ ਉੱਤੇ ਰੈਡਿੰਗ ਹੋ ਰਹੀ ਨਹੀਂ ਉੱਤੇ ਰੋਜ਼ ਹੈਗੀ ਆ -60 ਚਲੀ ਗਈ ਬਹੁਤ ਜ਼ਿਆਦਾ ਹੋ ਗਈ ਕਹਿੰਦੇ ਅੱਜ -50 ਹਾਂ ਅੱਜ ਬਾਕੀ ਦਿਨਾਂ ਦਾ ਲੋਕ ਗਰਮ ਦਿਨ ਹੈ ਮਾਈ ਗੋਡ ਮੈਂ ਕਿਹਾ -50 ਗਰਮ ਦਿਨ ਐ ਇੱਥੇ ਕੁਲਫੀ ਜੰਮ ਜਾਂਦੀ ਹੈ ਸਾਡੀ ਇੱਥੇ 4 5 6 ਡਿਗਰੀ ਤੇ ਹੀ 4 5 6 ਡਿਗਰੀ ਤੇ ਹਾਲਤ ਇਹ ਹੋ ਤੁੱਕੇ ਸਾਡੇ ਤੇ ਅਗਰ ਇੱਥੇ -50 ਤੇ -70 ਹੋ ਗਿਆ ਮੈਨੂੰ ਲੱਗਦਾ ਨਹੀਂ ਲੋਕੀ ਦਿਖਣੇ ਸਾਨੂੰ ਬੰਦ ਹੋ ਜਾਣੇ ਦਿਖਣੇ ਲੋਕੀ -50 ਕਿੱਥੇ ਤੁਸੀਂ ਦੇਖੋ ਹੁਣ ਸਿਆਚਨ ਗਲੇਸ਼ੀਅਰ ਜਿੱਥੇ ਸਾਡੇ ਭਾਰਤ ਦੇ ਸੈਨਿਕ ਖੜੇ ਨੇ ਹੈ ਨਾ ਰਾਖੀ ਕਰਦੇ ਪਏ ਨੇ ਸੀਮਾ ਦੀ ਇਧਰ ਉਹ ਚਾਈਨਾ ਇਧਰ ਉਹ ਪਾਕਿਸਤਾਨ ਇਧਰ ਇੰਡੀਆ ਟ੍ਰਾਇੰਗਲ ਬਣਦਾ ਹੈ ਸਿਆਚਨ ਉੱਥੇ -3 -35 ਆਮ ਜਾਂਦਾ ਹੁਣ ਦੱਸੋ ਉੱਥੇ ਖੜੇ ਨੇ ਬੰਦੂਕਾਂ ਲੈ ਕੇ ਤੇ ਕੀ ਬਾਤ ਹੈ ਔਰ ਸੈਲੂਟ ਹੁੰਦਾ ਨੂੰ ਔਰ ਇੱਥੇ ਦੇਸ਼ ਦੇ ਅੰਦਰ ਕਿਤੇ ਕ腐ਸ਼ਨ ਹੁੰਦੀ ਪਈ ਹੈ ਕਿਤੇ ਕਪਲੇ ਹੁੰਦੇ ਪਏ ਨੇ ਕਿਤੇ ਇਹ ਸਰਕਾਰ ਡੇਗ ਦਿਓ ਇਹ ਸਰਕਾਰ ਬਣਾ ਦਿਓ ਮੈਂ ਇਹ ਬਣ ਜਾ ਮੈਂ ਉਹ ਬਣ ਜਾ ਯਾਰ ਉਹ ਮਾਵਾ ਦੇ ਪੁੱਤ ਨਹੀਂ ਜਿਹੜੇ ਜਾਨਵਾਰਨ ਵਾਸਤੇ ਖੜੇ ਨੇ ਰੋਜ਼ ਐਸੀਆਂ ਸਿਚੁਏਸ਼ਨਸ ਦੇ ਵਿੱਚ ਬਰਫ਼ ਚੁੱਕ ਕੇ ਨਾ ਬਾਲਟੀ ਦੇ ਵਿੱਚ ਉਹਨੂੰ ਪਿਘਲਾ ਕੇ ਫਿਰ ਉਹਦਾ ਪਾਣੀ ਬਣਦਾ ਫਿਰ ਉਹ ਪਾਣੀ ਨੂੰ ਇਸਤੇਮਾਲ ਕਰਦੇ ਨੇ ਆ ਹਾਲਾਤ ਨੇ ਨੀਂਦ ਨਹੀਂ ਆਉਂਦੀ ਨੀਦਰਲੈਂਡ ਵਾਸਤੇ ਬੂਟਾਂ ਦੇ ਵਿੱਚ ਪਾਣੀ ਦੀਆਂ ਬੋਟਲਸ ਰੱਖਦੇ ਨੇ ਤਾਂ ਜਾ ਕੇ ਪੈਰ ਨਿੱਗੇ ਹੁੰਦੇ ਨੇ ਤਾਂ ਜਾ ਕੇ نیند ਆਉਂਦੀ ਹੈ ਔਰ ਕਹਿੰਦੇ ਨੇ ਕਿ ਉੱਥੇ ਡਿਊਟੀ ਵੱਤ ਤੋਂ ਵੱਤ 3 ਤੋਂ 6 ਮਹੀਨੇ ਹੀ ਦਿੱਤੀ ਜਾਂਦੀ ਹੈ ਕਿਉਂਕਿ ਉਸ ਤੋਂ ਬਾਅਦ ਜੇ ਉੱਥੇ ਰਹਿਣ ਤੇ ਬਾਡੀ ਦੇ ਵਿੱਚ ਪਰਮਾਨੈਂਟ ਡੈਮੇਜ ਹੋ ਸਕਦੀ ਹੈ ਇੰਨੇ ਖਰਤਨਾਖ ਹਾਲਾਤ ਦੇ ਵਿੱਚ ਉਹ ਰਹਿੰਦੇ ਨੇ ਔਰ ਇੱਥੇ ਅਸੀਂ ਕਪਲੇ ਕਰਦੇ ਆ ਇੱਥੇ ਅਸੀਂ ਸਕੈਮ ਕਰਦੇ ਆ ਹਾਂ ਧੋਖੇਬਾਜ਼ੀਆਂ ਹੁੰਦੀਆਂ ਨੇ ਪੋਲੀਟੀਕਲ ਧੋਖੇਬਾਜ਼ੀਆਂ ਹੁੰਦੀਆਂ ਨੇ ਉਹਦੀ ਸਰਕਾਰ ਦੇਖਦੇ ਹੋ ਆਪਣੀ ਸਰਕਾਰ ਬਣਾ ਲਿਓ ਆਹੇ ਕੁਝ ਚੱਲਦਾ ਹੈ ਕ੍ਰਿਪਸ਼ਨ ਚੱਲ ਰਹੀਆਂ ਲੁੱਟਾਂ ਹੋ ਰਹੀਆਂ ਨੇ ਅੱਛਾ ਮੈਂ ਦੇਖਿਆ ਕਿ ਜਿਹੜੇ ਲੁੱਟ ਕੋ ਕਰਨ ਵਾਲੇ ਇਹਨਾਂ ਲਈ ਸਰਦੀ ਗਰਮੀ ਕੁਝ ਨਹੀਂ ਹੁੰਦਾ ਵੈਸੇ ਹੈ ਨਾ ਉਹ ਬਹੁਤ ਬਹੁਤ ਡੈਡੀਕੇਟਿਡ ਬੰਦੇ ਨੇ ਬਹੁਤ ਜ਼ਿਆਦਾ ਡੈਡੀਕੇਟਿਡ ਸਰਦੀਆਂ 'ਚ ਵੀ ਉਹਦੇ ਚੋਰੀ ਕਰ ਚੋਰੀ ਕਰਦੇ ਆ ਚੋਰੀ ਕਰਨ ਜਾਂਦੇ ਨੇ ਠੰਡ ਨਹੀਂ ਲੱਗਦੀ ਇਹਨਾਂ ਨੂੰ ਵੈਸੇ ਗਰਮੀਆਂ 'ਚ ਵੀ ਉਹਨਾਂ ਨੇ ਮੂੰਹ ਟੱਕਿਆ ਹੁੰਦਾ ਸਰਦੀਆਂ 'ਚ ਵੀ ਮੂੰਹ ਟੱਕਿਆ ਹੁੰਦਾ ਉਹ ਗਰਮੀਆਂ 'ਚ ਵੀ ਦਸਤਾਨੇ ਪਾ ਲੈਂਦੇ ਹੋਣੇ ਉਹਦੇ ਵੀ ਦਸਤਾਨੇ ਪਾ ਲੈਂਦੇ ਹੋਣੇ ਤਾਂ ਕਿ ਫਿੰਗਰਪ੍ਰਿੰਟਸ ਨਾ ਲੱਗੇ ਕਈ ਕਈ ਚੋਰ ਹੈ ਜਿਹੜੇ ਹੱਥ ਪਾਉਂਦੇ ਹੋਣਗੇ ਇੱਕ ਵਾਰੀ ਪਤਾ ਕੀ ਹੋਇਆ ਇੱਕ ਬਹੁਤ ਗਰੀਬ ਜਿਹਾ ਬੰਦਾ ਸੀ ਉਹ ਕਿਤੇ ਚੋਰ ਆ ਗਿਆ ਉਹਨੂੰ ਥੋੜਾ ਪਤਾ ਸੀ ਗਰੀਬ ਬੰਦਾ ਕਾਂ ਟੱਪ ਕੇ ਅੰਦਰ ਆਇਆ ਤੇ ਚੋਰ ਨੇ ਨਾ ਕੰਬਲ ਦੇ ਬੁੱਕਲ ਮਾਰੀ ਹੋਈ ਤੇ ਉਹਨੇ ਕੰਬਲ ਲਾ ਕੇ ਪਾਸੇ ਰੱਖ ਤੱਕ ਚੋਰੀ ਕਰਨ ਲੱਗਾ ਸਾਰਾ ਘਰ ਛਾਨ ਮਾਰੇ ਕੱਖ ਨਹੀਂ ਲੱਭਿਆ ਕਹਿੰਦਾ ਛੱਡ ਯਾਰ ਦਿਹਾੜੇ বেকার ਹੋ ਗਈ ਚਲੋ ਚੱਲੀਏ ਜੇ ਤਾਂ ਜਾਨ ਲੱਗਿਆ ਦੇਖਿਆ ਉਹਦਾ ਕੰਬਲ ਜਿਹੜਾ ਸੀ ਨਾ ਉਹ ਗਰੀਬ ਆਦਮੀ ਨੇ ਲਪੇਟਿਆ ਹੋਇਆ ਉਹ ਲੈ ਲੇਟਿਆ ਹੋਇਆ ਲੈ ਕੇ ਉਹਦਾ ਹੀ ਕੰਬਲ ਚੋਰ ਦਾ ਕੰਬਲ ਉਹਨੇ ਗਰੀਬ ਆਦਮੀ ਨੇ ਸੰਭਿਆ ਹੋਇਆ ਕਹਿੰਦਾ ਲੈ ਹੁਣ ਮੈਂ ਤਾਂ ਚੋਰੀ ਕਰਦਾ ਸੀ ਕੰਬਲ ਵੀ ਗਿਆ ਕਹਿੰਦਾ ਕੋਈ ਗੱਲ ਨਹੀਂ ਕਿ ਤਾ ਹੋਰ ਚੋਰੀ ਕਰ ਲਾਂਗੇ ਹਾਂ ਦੇ ਕੰਨ ਧੱਪਣ ਲੱਗਾ ਸੀ ਚੋਰ ਕੰਨ ਦੇ ਉੱਤੇ ਸੀ ਪਿੱਛੋਂ ਗਰੀਬ ਆਦਮੀ ਪਤਾ ਕੀ ਕਹਿੰਦਾ ਪਾਜੀ ਅਗਲੀ ਵਾਰ ਰਜਾਈ ਲੈ ਕੇ ਆਈਏ ਠੰਡ ਵੱਧ ਗਈ ਸੋ ਇਹ ਤਾਂ ਦੇ ਵੀ ਇਨਸੀਡੈਂਟ ਉਹਨੇ ਜਿਹੜੇ ਤੁਸੀਂ ਕਹਿੰਨਾ ਡੈਡੀਕੇਟਿਡ ਵਰਕਰਸ ਨੇ ਜਿਹੜੇ ਰਾਤ ਨੂੰ ਵੀ ਚੋਰੀ ਕਰਨ ਜਾਂਦੇ ਨੇ ਠੰਡ ਦੇ ਵਿੱਚ ਵੀ ਚੋਰੀ ਕਰਨ ਜਾਂਦੇ ਨੇ ਅਸੀਂ ਵੀ ਆਪਾਂ ਵੀ ਕੰਮ ਕਰਦੇ ਹਾਂ ਹੁਣ ਸਾਡੇ ਲਈ ਵੀ ਜ਼ਰੂਰੀ ਹੈ ਸੀ ਘਰੋਂ ਬਾਹਰ ਨਿਕਲ ਲੈਣ ਨਿਕਲਣ ਕੰਮ ਕਰਨ ਤਾਂ ਜਾਣਾ ਪੈਗਾ ਸਨ ਦਫਤਰ ਜਾਣਾ ਪੈਂਦਾ ਇਹ ਸਾਰੀ ਡੈਡੀਕੇਸ਼ਨ ਹੈ ਕਿ ਅਸੀਂ ਜਾਣੇ ਜਾਣਾ ਉਸੇ ਤਰੀਕੇ ਨਾਲ ਉਹਨਾਂ ਦਾ ਵੀ ਹੈ ਕਿ ਉਹਨਾਂ ਦਾ ਵੀ ਭੁੱਖੇ ਤਾਂ ਮਰਨਾ ਨਹੀਂ ਕਮਾਈ ਕਮਾਈ ਦਾ ਸਾਧਨ ਉਹਨਾਂ ਨੇ ਇਹ ਚੀਜ਼ ਲੱਭੀ ਹੈ ਇਸ ਕਰਕੇ ਪੂਰੀ ਡੈਡੀਕੇਸ਼ਨ ਉਹ ਮੇਰੇ ਖਿਆਲ ਚ ਜਾਂਦੇ ਹੋਣਗੇ ਪੂਰੀ ਤਿਆਰੀ ਕਰਕੇ ਜਾਂਦੇ ਹੋਣਗੇ ਹੌਟ ਬੈਗ ਵੀ ਨਾਲ ਰੱਖੇ ਹੋਣਗੇ ਦੋ ਜਰ ਗਰਮ ਗਰਮ ਲੱ ਉੜਨੇ ਕੁਝ ਕਰਨਾ ਪਤਾ ਨਹੀਂ ਕੀ ਕੁਝ ਕਰਦੇ ਨੇ ਉਹ ਤਾਂ ਨੇ ਉਹ ਕਿੱਦਾਂ ਚੋਰੀ ਕਰਦੇ ਹੋਣਗੇ ਜੇ ਕੁੱਤਾ ਪੈ ਗਿਆ ਜੇ ਕੁੱਤਾ ਪੈ ਗਿਆ ਉਹਨੂੰ ਬਿਸਕਟ ਕੋ ਆਗੇ ਬੇਵੋਸ਼ ਕਰ ਦਿੰਦੇ ਪਤਾ ਨਹੀਂ ਕੀ ਕਰਨਗੇ ਖੈਰ ਆਪਾਂ ਇੱਥੋਂ ਨਿਕਲੀਏ ਅੱਗੇ ਵਧੀਏ ਇਹ ਬਹੁਤ ਨਿਸ਼ਾਨਦ ਕਰਕੇ ਜਾੜ-ਠੜ ਲੱਗਣ ਲੱਪੀਆ ਮੈਨੂੰ ਇੱਕ ਹੋਰ ਗੱਲ ਯਾਦ ਆ ਰਹੀ ਸੀ ਕਿ ਠੰਡ ਦੇ ਵਿੱਚ ਨਾ ਕਈ ਲੋਕਾਂ ਨੂੰ ਤਾਂ ਹੱਦੋਂਬੱਧ ਠੰਡ ਲੱਗਦੀ ਆ ਨੋਰਮਲ ਜੀ ਠੰਡ ਹੁੰਦੀ ਨਾ ਜਿੱਦਾਂ ਸ਼ੁਰੂਆਤ ਹੀ ਹੁੰਦੀ ਆ ਉਹਦੇ ਲੋਕ ਸਵੈਟਰ ਪਾਣੇ ਸ਼ੁਰੂ ਕਰ ਦਿੰਦੇ ਆ ਮਤਲਬ ਆਪਾਂ ਆਪਣੀ ਬੋਡੀ ਦਾ ਸਟਰਕਚਰ ਨੂੰ ਇਸ ਤਰੀਕੇ ਨਾਲ ਬਣਾ ਲਿਆ ਕਿ ਪਰ ਠੰਡ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਨਾ ਜ਼ਿਆਦਾ ਠੰਡ ਬਰਦਾਸ਼ਤ ਕਰ ਪਾਉਂਦੇ ਆ ਨਾ ਜ਼ਿਆਦਾ ਗਰਮੀ ਨੂੰ ਬਰਦਾਸ਼ਤ ਕਰ ਪਾਉਂਦੇ ਆ। ਸੋ ਅੱਜ ਕੱਲ ਦਾ ਮਾਹੌਲ ਇਸ ਤਰੀਕੇ ਨਾਲ ਹੋ ਗਿਆ। ਬਈ ਲੋਕ ਜਿੱਦਾਂ ਘਰ ਦੇ ਵਿੱਚ ਹੀਟਰ ਲਗਾਇਆ, ਫੇ ਗੱਡੀ 'ਚ ਜਾਂਦੇ ਗੱਡੀ 'ਚ ਹੀਟਰ ਲਗਾਇਆ, ਅੱਗੇ ਦਫ਼ਤਰ ਜਾਂਦੇ ਦਫ਼ਤਰ 'ਚ ਹੀਟਰ ਲਗਾਇਆ। ਉਹ ਠੰਡ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ ਸੀ। ਵੈਸੇ ਇੰਨਾ ਹੀਟਰ ਸੇਕਣਾ ਵੀ ਨਾ ਕਹਿੰਦੇ ਨੇ ਮੈਡੀਕਲੀ ਠੀਕ ਨਹੀਂ ਹੈਗਾ। ਕਿਉਂਕਿ ਜਦ ਤੁਸੀਂ ਹੀਟਰ ਦੇ ਕੋਲ ਬੈਠੋਗੇ ਨਾ ਆਕਸੀਜਨ ਦੀ ਮਾਤਰਾ ਘ ਬੰਦ ਕਰਦੇ ਮੈਂ ਗੈਸ ਬੰਦ ਕਰ ਦੇਣਾ ਫਿਰ ਉਹ ਕਿਉਂਕਿ ਜਿਹੜਾ ਇਹ हीटर्स ਨੇ ਇਹਦੇ ਨਾਲ ਕਹਿੰਦੇ ਨੇ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ ਔਰ ਆਕਸੀਜਨ ਘਟ ਜਾਂਦੀ ਹੈ ਇਸ ਕਰਕੇ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਔਰ ਕਈ ਇਦਾਂ ਦੇ ਨੇ ਉਹਨਾਂ ਜਾਇਦੇ ਅੰਦਰ ਵੀ ਬਲੋਰ ਲੈ ਕੇ ਬੈਠੇ ਹੁੰਦੇ ਨੇ ਉਹ ਕੀ ਹੋ ਗਿਆ వాటర్ ਬੋਟਲ ਰੱਖ ਲਓ ਯਾਰ ਬਲੋਰ ਕਿਉਂ ਵੜਿਆ ਹੋਇਆ ਜੇ ਕੋਈ ਤਾਰ ਸ਼ਾਰਟ ਸਰਕਟ ਕਰ ਗਈ ਤੇ ਜਾਇ ਵੀ ਜਾਊਗੀ ਸੋ ਕਈਆਂ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਔਰ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਅਸੀਂ ਕਿੰਨੀ ਸਾਰੀ ਖਬਰਾਂ ਵੀ ਸੁਣਦੇ ਆ ਹੀਟਰ ਹੁਣ ਤਾਜੀ ਖਬਰ ਹੈ ਹੀਟਰ ਲੱਗਾ ਸੀ ਤੇ ਚਾਰ ਲੋਕ ਮਰ ਗਏ ਅੰਦਰ ਹੀ ਸਿਰਫ ਹੀਟਰ ਕਰਕੇ ਤੂੰ ਇੱਕ ਚੀਜ਼ ਦਾ ਇਸਤੇਮਾਲ ਕਰੋ ਇਦਾਂ ਨਹੀਂ ਐ ਪਰ ਤਰੀਕੇ ਨਾਲ ਕਰੋ ਪੁਰਾਣਾ ਸਿਸਟਮ ਠੀਕ ਸੀਗਾ ਉਹ ਧੂਣੀ ਬਾਲ ਕੇ ਬੈਠੋ ਹੈਨਾ ਪਰ ਉਹ ਕਹਿੰਦੇ ਨੇ ਧੂਣੀ ਤੇ ਮੂੰਗਫਲੀ ਉਹ ਨਹੀਂ ਪਿੱਛਾ ਛੱਡਦੀ ਜੇ ਮੂੰਗਫਲੀ ਸ਼ੁਰੂ ਹੋ ਜਾਓ ਤਾਂ ਜਦੋਂ ਤੱਕ ਪੈਕਟ ਨਾ ਖਤਮ ਹੋਏ ਯਾਰ ਮੁੱਕ ਗਈ ਆ ਹੋਰ ਮੰਗਵਾ ਲੈਗਾ ਬਹਿ ਜਾ ਚੁੱਪ ਕਰਕੇ ਮਾਤਾ ਜੀ ਛਿੜਕ ਦੇਣਗੇ ਚਲੋ ਮੂੰਗਫਲੀ ਹੋ ਗਈ ਔਰ ਤੂਣੀ ਸੇਕੀ ਜੋ ਲੱਕੜਾ ਹੋਰ ਪਾਈ ਆ ਲੱਕੜਾ ਹੋਰ ਪਾਈ ਆ ਉਹ ਜੀ ਮਤਲਬ ਕਰਦੇ ਨਹੀਂ ਉਹ ਤੋਂ ਉੱਠਣ ਨੂੰ ਜਿੱਦਾਂ ਲੋੜੀ ਦੇ ਵਿੱਚ ਲੋੜੀ ਵਾਲੇ ਦਿਨ ਹੀ ਦਿਲ ਕਰਦਾ ਉੱਠਦਾ ਉਹ ਬੰਦੇ ਹਟਦਾ ਹੀ ਨਹੀਂ ਉੱਤੇ ਤੂਣੀ ਵੀ ਹੈਗੀ ਮੂੰਗਫਲੀ ਹੈਗੀ ਆ سارے ਲੋਕ ਵੀ ਨਹੀਂ ਇਕੱਠੇ ਹੁੰਦੇ ਨੇ ਪੰਗੜਾ ਪੈਂਦੇ ਨੇ ਮਤਲਬ ਲੋੜੀ ਦਾ ਤਿਉਹਾਰ ਵੀ ਪਤੀਆ ਕਿਉਂਕਿ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਜੋ ਨਵਾਂ ਚਾਹ ਚੜਿਆ ਹੁੰਦਾ ਠੰਡ ਚਾਹ ਜਿੰਨੀ ਮਰਜ਼ੀ ਹੋਵੇ ਲੇਕਿਨ ਅਗਰ ਤੁਹਾਡੇ ਰਿਸ਼ਤੇਦਾਰਾਂ ਦੇ ਆ ਤੁਹਾਡੇ ਘਰ ਕੋਈ ਲੋੜੀ ਦਾ ਫੰਕਸ਼ਨ ਹੈਗਾ ਤੇ ਲੇਡੀਜ਼ ਦਾ ਪੱਕਾ ਕਿ ਤੇ ਸੂਟ ਅੱਧੀ ਬਾਦਾ ਜ਼ਰੂਰ ਪਾਣਾ ਹੈ ਹਾਂ ਸ਼ਾਲ ਮੋਢੇ ਤੇ ਟੰਗੀ ਹੋਏਗੀ ਸ਼ਾਲ ਮੋਢੇ ਟੰਗੀ ਮੇ ਉੱਪਰ ਕੋਟੀ ਸਵੈਟਰ ਕੁਝ ਨਹੀਂ ਪਾਣਾ ਹੈਗਾ ਦਿਖਾਣਾ ਨਹੀਂ ਮੈਂ ਸ਼ਾਲ ਲਿੱਤੀ ਸੀ ਨਵੀਂ ਲਪੇਟਣ ਵਾਸਤੇ ਨਹੀਂ ਦਿਖਾਣ ਵਾਸਤੇ ਲਿੱਤੀ ਸੀ ਸੂਟ ਫਿਰ ਦਿਖਾਣਾ ਵੀ ਪੈਂਦਾ ਨਾ ਮੈਂ ਨਵਾਂ ਸੂਟ ਪਾਇਆ ਹੁੰਦਾ ਤੇ ਪਤਾ ਤਾਂ ਲੱਗੇ ਨਵਾਂ ਸੂਟ ਪਾਇਆ ਦਿਖਾਵੇ ਦੀ ਦੁਨੀਆ ਯੂ نو ਤੁਸੀਂ ਗਏ ਸੀ ਲੋੜੀ ਦੇ ਬਣਾਉਣ ਕਿਤੇ ਜਾਂ ਘਾਰੀ ਬਣਾਈ ਸੀ ਘਾਰੀ ਬਣਾਈ ਸੀ ਤੇ ਘਾਰੀ ਬਣਾਈ ਤੇ ਫਿਰ ਹਾਫ ਸਲੀਵਸ ਦਾ ਸੂਟ ਪਾ ਕੇ ਬੈਠੇ ਸਟੇਟਸ ਤੁਹਾਨੂੰ ਦੇਖਿਆ ਨਾ ਅੱਜਕੱਲ ਸਟੇਟਸ ਦਾ ਜ਼ਮਾਨਾ ਹੈ ਵੀ ਅੱਜਕੱਲ ਜਦ ਜਦੇ ਖੋਲਿਆ ਫੋਨ ਇੱਕ ਸਟੇਟਸ ਦੋ ਸਟੇਟਸ ਤਿੰਨ ਸਟੇਟਸ ਇੰਨੇ ਤਾਂ ਲੋਕਾਂ ਦੇ ਵਿਆਹ ਹੋਏ ਆ ਜਾਣ ਪਛਾਣ ਦੇ ਵਿੱਚ ਇਹਨੇ ਲੋਕਾਂ ਦੇ ਘਰ ਨਿਆਣੇ ਜੰਮਿਆ ਤੇ ਲੋੜੀ ਪਾਈਆਂ ਨਵੀਆਂ ਨਵੀਆਂ ਸਾਰਿਆਂ ਨੇ ਤੇ ਉਹਨਾਂ ਤੁਸੀ ਗਏ ਨਹੀਂ ਹਾਫ 슬ੀਵ ਦਾ ਸੂਟ ਪਾ ਕੇ ਸ਼ਾਲ ਮੋੜ ਕੇ ਤਾਂ ਬੜੀ ਸੀ ਮੈਂ ਕਿ ਮੈਂ ਘਰ ਹੀ ਠੀਕ ਆ ਤੁਹਾਨੂੰ ਦੂਰੋਂ ਹੀ ਵਧਾਈਆਂ ਲੋੜੀ ਦੀਆਂ ਦੂਰੋਂ ਹੀ ਬਤਾਈਆ ਉਹਨਾਂ ਨੇ ਕਿਹਾ ਦੀ ਫਿਰ ਦੂਰੋਂ ਹੀ ਮੂੰਗਫਲੀ ਦੂਰੋਂ ਹੀ ਗੱਚੇ ਦੂਰੋਂ ਸੈਪਟ ਕਰ ਲਈ ਅਸੀਂ ਵੀ ਕਿ ਠੀਕ ਆ ਘਰ ਬਹੁਤ ਪਈਆਂ ਬਹੁਤ ਆ ਠੀ ਖਜੂਰਾ ਖਜੂਰਾ ਭੱਗਾ ਤਿਲ ਆਏ ਹਾਏ ਬਹੁਤ ਖੁਸ਼ ਆ ਤਾਨਕੇ ਨੂੰ ਗੱਜਕ ਇੱਕ ਤਾਂਦੇ ਉੱਤੇ ਕਹਿੰਦਾ ਮੈਂ ਅਸਲੀ ਦੀ ਪਿੰਨੀ ਖਾਣੀ ਹੈ ਕਹਿੰਦਾ ਅਸਲੀ ਨਹੀਂ ਹੁੰਦਾ ਪਾਜੀ ਅਲਸੀ ਹੁੰਦਾ ਕਹਿਣਾ ਹੀ ਨਹੀਂ ਹੁੰਦਾ ਚਾਚੜਿਆ ਹੁੰਦਾ ਅਸਲੀ ਦੀ ਪਿੰਨੀ ਕੋਪ ਤੋ ਗੱਲਾਂ ਇਹ ਨੇ ਕਿ ਪੰਜਾਬੀਆਂ ਦੇ ਕੋਲ ਨਾ ਬਹੁਤ ਕੁਝ ਆ ਸਰਦੀ ਤੋਂ ਬਚਣ ਵਾਸਤੇ ਸੋ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਪਰ ਥੋੜੀ ਜੀ ਠੀਕ ਮਾਤਰਾ ਚ ਕਿਉਂਕਿ ਇਹਨਾਂ ਨਾਲ ਹੋਵੇ ਗਰਮੀ ਹੋਵੇ ਇੰਨੀ ਜ਼ਿਆਦਾ ਗਰਮੀ ਚੜਾ ਕੇ ਬਹਿ ਜਾਓ ਇੰਨੀ ਜ਼ਿਆਦਾ ਮੂਫਲੀ ਘਾ ਕੇ ਅੰਦਰ ਗਰਮੀ ਹੋ ਜਾਂਦੀ ਹੈ ਫਿਰ ਉਹ ਗਰਮੀ ਠੀਕ ਕਰਨ ਵਾਸਤੇ ਕੋ ਠੰਡਾ ਖਾਣਾ ਪੈਂਦਾ ਠੰਡ ਦੇ ਵੇਲੇ ਠੰਡਾ ਖਾਦਾ ਨਹੀਂ ਜਾਂਦਾ ਬੜੀਆ ਦਿੱਕਤ ਆ ਜਾਂਦੀ ਹੈ ਇਸ ਕਰਕੇ ਥੋੜਾ ਥੋੜਾ ਬੰਦਾ ਖਾਵੇ ਜਿੰਨਾ ਖਾ ਸਕਦਾ ਸੋ ਇਹ ਬਿਲਕੁਲ ਸਹੀ ਗੱਲ ਆ ਔਰ ਬਾਕੀ ਮਿੱਠੇ ਚੌਲ ਬਣਦੇ ਨੇ ਗੁੜ ਵਾਲੇ ਚੌਲ ਬਣਦੇ ਨੇ ਖਿਜੜੀ ਬਣਦੀ ਆ ਮ ਥੋੜੇ ਦਿਨਾਂ ਪਹਿਲਾਂ ਹੋਏ ਸੀ ਨਾ ਕਿ ਰਾਤ ਨੂੰ ਰਿੰਦੋ ਸਵੇਰੇ ਖਾਓ ਲੋੜੀ ਵਾਲੇ ਦਿਨ ਮਾਗੀ ਲੋੜੀ ਮਾਗੀ ਲੋੜੀ ਘਟਿਆ ਇਹ ਸਭ ਚੀਜ਼ਾਂ ਹੁੰਦੀਆਂ ਨੇ ਸੋ ਇਹ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਸਾਰੇ ਜਾਣੇ ਸੰਗਰਾਂਦ ਸੀ ਸੰਗਰਾਂਦ ਵਾਲੇ ਦਿਨ ਗਏ ਆਂ ਔਰ ਖੀਰ ਖੱਦੀ ਸਰੋਂ ਦਾ ਸਾਗ ਬਣਿਆ ਉਹ ਖਾਦਾ ਚਿੱਟਾ ਮੱਖਣ ਪਾ ਕੇ ਚਿੱਟਾ ਮੱਖਣ ਮੈਂ ਜ਼ਰੂਰ ਕਹਾਂਗਾ ਮੇਰਾ ਫੇਵਰੇਟ ਹੈ ਇਸ ਕਰਕੇ ਸੋ ਉਸ ਤੋਂ ਇਲਾਵਾ ਮਿੱਠੇ ਚੌਲ ਗੁੜ ਵਾਲੇ ਜਿਵੇਂ ਮੈਂ ਦੱਸਿਆ ਮਿੱਠੀਆਂ ਸੇਵੀਆਂ ਗੁੜ ਵਾਲੀਆਂ ਬਹੁਤ ਕੁਝ ਹੈ ਖਾਣ ਨੂੰ ਪੀਣ ਨੂੰ ਔਰ ਕਈ ਵਰਗੀ ਹੁੰਦੇ ਗੇ ਗੁੜ ਵਾਲੀਆਂ ਸੇਵੀਆਂ ਬਣਾਉਣਾ ਉਹਦੇ ਉੱਤੇ ਫਿਰ ਚਿੱਟੇ ਮੱਖਣ ਦਾ ਲੇਪ ਲਗਾ ਦੇਣਗੇ ਆਏ ਹਾਏ ਹਾਏ ਮਜ਼ਾ ਆ ਗਿਆ ਤੁਸੀਂ ਤਾਂ ਪੂਰਾ ਸਵਾਦ ਲੈ ਰਹੇ ਹੋ ਉਸ ਤੋਂ ਬਾਅਦ ਕੌਫੀ ਹਮ ਅੱਛਾ ਕੌਫੀ ਜ਼ਰੂਰੀ ਸੀ ਨਾਲ ਮੈਂ ਇਹ ਕਹਾਂਗੀ ਚਾਹ ਠੀਕ ਆ ਤੁਸੀਂ ਚਾਹ ਪੀਓ ਕਿਹਨੇ ਤੁਹਾਨੂੰ ਮਨਾ ਕੀਤਾ ਮੰਗਵਾਓ ਫਿਰ ਚਾਹ ਮੰਗਾਓ ਜੀ ਗੱਲਾਂ ਤਾਂ ਕੀ ਆ ਅੱਛਾ ਸਰਦੀਆਂ ਦੇ ਵਿੱਚ ਤਾਂ ਚਾਹ ਹੀ ਈ ਨਿਵੇਂ ਰੀ ਪੀਤੀ ਜਾਂਦੀ ਹੈ ਚਲੋ ਜਿਹੜੇ ਚਾਹ ਦੇ ਸ਼ਕੀਨੋ ਚਾਹ ਪੀਂਦੇ ਰਹਿੰਦੇ ਐ ਕੌਫੀ ਦੇ ਸ਼ਕੀਨੋ ਕੌਫੀ ਪੀਂਦੇ ਰਹਿੰਦੇ ਸੋ ਇਹ ਨਾ ਹੋਵੇ ਨਾ ਤੇ ਕੋਈ ਗੁਜ਼ਾਰਾ ਨਾ ਹੋਵੇ ਹਾਂ ਗੁਜ਼ਾਰਾ ਕਿਦਾਂ ਮਿਲਬ ਠੰਡ ਤੋਂ ਗੁਜ਼ਾਰਾ ਨਾ ਹੋਵੇ ਕਿਉਂਕਿ ਦੇਖੋ ਇੱਕ 2 ਘੰਟੇ ਬਾਅਦ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰਤ ਲੱਗ ਲੱਪਣ ਦੀ ਕਿ ਗਰਮਾ ਗਰਮ ਕੁਝ ਆ ਜਾਏ ਜਾਂ ਚਾਹ ਆ ਜਾਏ ਜਾਂ ਫਿਰ ਕੌਫੀ ਆ ਜਾਏ ਗਰਮਾ ਗਰਮ ਜਾਂ ਫਿਰ ਗਰਮ ਗਰਮ ਗੁਲਾਬ ਜਾਮੁਨ ਆ ਜਾਏ ਜਾਂ ਤਾਂ ਗਰਮ ਗਰਮ ਜਲੇਬੀ ਆ ਜਾਏ ਕਈ ਵਾਰ ਮਾਤਾ ਜੀ ਦੀ ਗਰਮ ਗਰਮ ਛਿੜਕਾ ਵੀ ਹੁੰਦੀ ਹੈ ਸਵਾਦ ਆ ਜਾਂਦਾ ਫਿਰ ਮਾਤਾ ਨੇ ਛਿੜਕਾ ਲਿਆ ਆਪ ਤਰਜ਼ਾਈ ਤੇ ਬੈਠੇ ਆ ਮੈਂ ਸਾਰੀ ਦਿਹਾੜੀ ਰਸੋਈ ਚ ਖੜੀ ਹਾਂ ਆਪ ਤਾਂ ਕੰਮ ਕੁਝ ਕਰਨਾ ਨਹੀਂ ਮੈਨੂੰ ਕੰਮ ਲਾਇ ਰੱਖਣਾ ਔਰ ਕੀ ਫਿਰ ਉਹ ਐਸੀ ਠੰਡ ਲੈਂਦੀ ਆ ਫਿਰ ਨਹੀਂ ਛੱਡਦੀ ਦੁਬਾਰਾ ਜਦ ਮਾਂ ਦੇ ਥੱਪੜ ਪੈਂਦੇ ਆ ਸਭ ਤੋਂ ਖਗਾਮੀ ਆ ਇਹ ਰਜਾਈ ਚੋਂ ਨਿਕਲ ਕੇ ਬਾਹਰ ਜਾਣਾ ਯੈਸ ਔਰ ਗਰਮ ਗਰਮ ਪਕੌੜੇ ਹੂੰ ਬਸ ਸਰਦੀਆਂ ਨੂੰ ਕੋਈ ਘਰ ਨਾ ਆਵੇ ਜਦ ਗੇਟ ਖੋਲਣ ਜਾਣਾ ਪੈਂਦਾ ਕਈ ਵਾਰ ਸਰਦੀਆਂ ਵਿੱਚ ਫੇ ਨਿਕਲਣਾ ਪੈਂਦਾ ਫਿਰ ਰਿਸ਼ਤੇਦਾਰ ਆਂਦੇ ਅਗਰ ਬਾਹਰ ਡਰਾਈਂਗ ਰੂਮ 'ਚ ਬੈਠੇ ਤੇ ਉੱਥੇ ਬੈਠਣਾ ਪੈਂਦਾ ਕਾਫੀ ਟਾਈਮ ਨਾ ਬੜੀ ਇਹ ਦਿੱਕਤਾਂ ਆਉਂਦੀਆਂ ਵਾਹ ਸਰਦੀਆਂ ਦੇ ਵਿੱਚ ਨਾ ਕਰਦੇ ਬਾਅਦ ਲਿਖ ਕੇ ਲਾ ਦਿਓ ਕਰ ਕੋਈ ਨਾ ਆਵੇ ਸਰਦੀਆਂ ਨੂੰ ਆਉਣਾ ਮਨਾ ਹੈ ਸਰਦੀਆਂ ਨੂੰ ਆਉਣਾ ਮਨਾ ਹੈ ਸਰਦਿਂ ਆਉਣਾ ਮਨਾ ਹੈ ਯਾ ਫੇਸਬੁਕ ਤੇ ਸਟੇਟਸ ਪਾ ਦਿਓ ਸਰਦੀ ਦੇ ਵਿੱਚ ਸਾਡੇ ਘਰ ਨਹੀਂ ਆਉਣਾ ਇੱਥੇ ਸਰਦੀ ਰਹਿੰਦੀ ਆ ਤੁਹਾਨੂੰ ਲੱਗ ਜੂਗੀ ਚੰਬੜ ਜੂਗੀ ਇਸ ਕਰਕੇ ਆਪਣੇ ਆਪਣੇ ਘਰ ਰਹੋ ਆਪਣੇ ਆਪਣੇ ਘਰ ਰਹੋ ਵੈਸੇ ਸਰਦੀ ਦਾ ਮੌਸਮ ਗਰਮੀ ਦਾ ਮੌਸਮ ਹਰੇਕ ਮੌਸਮ ਦੀ ਆਪਣੀ ਖੂਬਸੂਰਤੀ ਆ ਔਰ ਕਈ ਵਾਰ ਅਸੀਂ ਗਰਮੀ 'ਚ ਇਸ ਚੀਜ਼ ਨੂੰ ਦਰਸਦੇ ਆਂ ਕਈ ਵਾਰ ਕਈ ਵਾਰ ਦੇਖਿਆ ਮੈਂ ਫ੍ਰੀਜ ਖੋਲਣ ਲੱਗੇ ਨਾ ਗਰਮੀ 'ਚ ਮੂੰਹ ਵਿੱਚ ਦੇ ਕੇ ਬਹਿ ਜਾਣਗੇ ਓਏ ਹੋਏ ਹੋਏ ਮਜ਼ਾ ਆ ਜਾਂਦਾ ਮਜ਼ਾ ਹੁੰਦਾ ਕੋਈ ਫ੍ਰੀਜ ਦੇ ਵਿੱਚ ਹੱਥ ਪਾ ਕੇ ਬਰਫ਼ ਉਤਾਰੀ ਜਾਣੀ ਹੈ ਤੇ ਹੁਣ ਜੇ ਬਰਫ਼ ਪੈ ਰਹੀ ਹੈ ਉਹਨੂੰ ਬਰਦਾਸ਼ਤ ਨਹੀਂ ਕਰ ਪਾਣਾ ਯੈਸ ਕਿਉਂਕਿ ਇਨਸਾਨ ਦਾ ਮਾਨਣਾ ਕਿਤੇ ਨਹੀਂ ਟਿਕਦਾ ਜੋ ਹੈਗਾ ਉਹ ਯਾਰ ਆ ਨਹੀਂ ਚਾਹੀਦਾ ਸੀ ਉਹ ਚਾਹੀਦਾ ਸੀ ਉਹ ਯਾਰ ਜੋ ਹੈਗਾ ਉਹਨੂੰ ਇੰਜੋਏ ਕਿਉਂ ਨਹੀਂ ਕਰਦਾ ਨਹੀਂ ਔਰ ਇਹ ਸਾਈਕਲ ਵੀ ਬਣੀ ਹੋਈ ਆ ਔਰ ਇਹ ਹਰ ਥਾਂ ਦੇ ਉੱਤੇ ਫਿੱਟ ਹੁੰਦੀ ਆ ਜੋ ਕੁਝ ਰੱਬ ਨੇ ਦਿੱਤਾ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਇੰਜੋਏ ਨਹੀਂ ਕਰਨਾ ਜਿਹੜਾ ਨਹੀਂ ਹੈਗਾ ਉਹਦੇ ਪਿੱਛੇ ਭੱਜੇ ਫਿਰੋ ਭੱਜੇ ਫਿਰੋ ਭੱਜੇ ਫਿਰੋ ਪਤਾ ਨਹੀਂ ਉਹ ਕਿੱਦਾਂ ਕਦੋਂ ਕਿਵੇਂ ਕੁਝ ਨਹੀਂ ਪਤਾ ਹੁੰਦਾ ਪਰ ਠੀਕ ਹੈ ਜਦੋਂ ਉਹਨੇ ਮਿਲਣਾ ਹੈ ਉਦੋਂ ਮਿਲਣਾ ਹੈ ਪਰ ਨਾਲ ਇਹ ਵੀ ਹੈ ਕਿ ਜੋ ਇਸ ਵੇਲੇ ਤੁਹਾਡੇ ਕੋਲ ਹੈਗਾ ਉਹਨੂੰ ਤਾਂ ਇੰਜੋਏ ਕਰੋ ਯਾਰ ਇਹ ਇਹ ਟਾਈਮ ਕਿਉਂ ਵੇਸਟ ਕਰਦੇ ਹੋ ਮੈਂ ਤਾਂ ਸੰਜੀਪ ਜੀ ਆ ਵੀ ਸੁਣਿਆ ਕਿ ਪੰਜਾਬ ਦੇ ਵਿੱਚ ਹਲੇ ਹੋਰ ਠੰਡ ਪੈਣੀ ਹੈ ਤੇ ਉਹ ਵਾਲੀ ਪੈਣੀ ਹੈ ਜਿਹੜੀ ਬਰਫ਼ ਬਣਾ ਦਿੰਦੀ ਹੈ ਯਾਨੀ ਕਿ ਪਾਣੀ ਨੂੰ ਬਰਫ਼ ਬਣਾ ਦੇਗੀ ਦੇ ਸੱਤੇ ਉੱਤੇ ਵਾਹ ਤੇ ਸੋਚੋ ਹਲ ਤਾਂ ਇੰਨੀ ਜੀ ਠੰਡ ਪਿੱਛੇ ਨਾ ਬੁਰਾ ਹਾਲ ਹੋ ਗਿਆ ਅਗੇ ਜਾ ਕੇ ਲੋਕਾਂ ਦਾ ਕਿੰਨਾ ਬੁਰਾ ਹਾਲ ਹੋਏਗਾ ਕਿੰਨੀ ਸੁਣੀ ਖੁਸ਼ਖਬਰੀ ਸੁਣਾਈ ਹੈ ਹੈਨਾ ਵੈਸੇ ਮੈਨੂੰ ਤਾਂ ਸਣੀ ਜੀ ਠੰਡ ਬੜੀ ਪਸੰਦ ਆ ਸਹੀ ਦੱਸਤਾ ਕਿਉਂਕਿ ਠੰਡ ਚ ਨਾ ਕੱਪੜੇ ਬਹੁਤ ਵਧੀਆ ਵਧੀਆ ਹੁੰਦੇ ਆ ਅਚਾ ਅਚਾ ਮੌਸਮ ਦਾ ਵੀ ਆਪਣਾ ਆਪਣਾ ਹਿਸਾਬ ਹੈ ਕੁਝ ਲੋਕ ਕਹਿੰਦੇ ਸਾਨੂੰ ਗਰਮੀਆਂ ਬਹੁਤ ਪਸੰਦ ਆ ਕਿਉਂਕਿ ਗਰਮੀਆਂ ਦੇ ਵਿੱਚ ਕੱਪੜੇ ਪਾਈਏ ਨਾ ਤੇ ਮਤਲਬ ਜਿਹੜੇ ਕੱਪੜੇ ਪਾਉਂਦਾ ਬੜੇ ਸਾਰੇ ਕੱਪੜੇ ਪਾ ਸਕਦੇ ਆ ਸਰਦੀਆਂ ਵਿੱਚ ਕਹਿੰਦੇ ਕੋਈ ਕੱਪੜੇ ਨਹੀਂ ਪਾ ਸਕਦੇ ਇੱਕੋ ਇੱਕ ਕੋਟ ਇੱਕੋ ਜੈਕਟ ਪਾਈ

ਔਰ ਤੁਹਾਡੇ ਕੋਲ ਰੇਨ ਕੋਟ ਵੀ ਨਾ ਹੋਵੇ ਤੁਹਾਡੇ ਕੋਲ ਛਤਰੀ ਵੀ ਨਾ ਹੋਵੇ ਆਏ ਹਾਏ ਫਿਰ ਤਾਂ ਬਹੁਤ ਹੀ ਮਜ਼ਾ ਆਊਗਾ ਫਿਰ ਉਹ ਬੰਦਾ ਘਰ ਨਹੀਂ ਲੱਭਿਆ ਤੁਹਾਨੂੰ ਉਹ ਡਾਇਰੈਕਟ ਕਿਤੇ ਹੋਣੀ ਪਹੁੰਚ ਜਾਏਗਾ ਐਸੇ ਦਾ ਹੁੰਦਾ ਹੈ ਕਿਉਂਕਿ ਜਿੱਦਾਂ ਰੋਡਸ ਦੀ ਰਿਪੇਅਰ ਚੱਲਦੀ ਆ ਅਸੀਂ ਦੇਖਦੇ ਆ ਦੇਖੋ ਉਹ ਵੀ ਕਮਾਲ ਸਵੇਰੇ ਲੱਗ ਪੈਣਗੇ ਰੋਡ ਦੀ ਰਿਪੇਅਰ ਕਰਨ ਉਹ ਰਾਤ ਨੂੰ ਖਾਲੀ ਹੁੰਦੀ ਹੈ ਯਾਰ ਤੁਸੀਂ ਰਾਤੀ ਰਿਪੇਅਰ ਕਰ ਲਓ ਸੋਰੇ ਬੰਦਿਆਂ ਨੂੰ ਲੋਕਾਂ ਨੂੰ ਜਾਣ ਵਾਸਤੇ ਕਿਉਂ ਮੁਸ਼ਕਲ ਹੋਵੇ ਸਾਰੇ ਟ੍ਰੈਫਿਕ ਬਲੌਕ ਕੀਤੇ ਹੋਏ ਨੇ ਸੜਕਾਂ ਬਲੌਕ ਕੀਤੀਆਂ ਇੱਧਰ ਰਿਪੇਅਰ ਚੱਲਦੀ ਪਈ ਹੈ ਜੀ ਡਾਇਵਰਜਨ ਹੈ ਜੀ ਇੱਧਰੋਂ ਦੇ ਮੁੜ ਜਾਓ ਓਏ ਹੋਏ ਦੱਸੋ ਵੀ ਜੇ ਤੁਸੀਂ ਰਾਤ ਨੂੰ ਮੰਨ ਲਓ ਰਾਤੀ 9 ਵਜੇ ਵੀ ਕੰਮ ਸ਼ੁਰੂ ਕਰੋ ਸੋਰੇ 9 ਵਜੇ ਤੱਕ ਕਰ ਲਓ ਯਾਰ ਸੋਰੇ 6 ਵਜੇ ਤੱਕ ਕਰ ਲਓ ਯਾਰ ਤੰਗ ਕਰਨਾ ਨਾ ਫਿਰ ਲੋਕਾਂ ਨੂੰ ਆਹੀ ਤਾਂ ਗੱਲਾਂ ਨੇ ਆਹੀ ਤਾਂ ਰੂਲ ਹੈ ਨਾ ਇਹਦਾ ਬਿਲਕੁਲ ਕਿਉਂਕਿ ਉਹਨਾਂ ਨੂੰ ਵੀ ਠਾਣਨ ਲੱਗਦੀ ਹੈ ਹੈਨਾ ਔਰ ਕਈ ਵਾਰ ਅਸੀਂ ਦੇਖਾਂਗੇ ਕਿ ਉਹ ਜਿਹੜਾ ਕਈ ਵਾਰ ਟਰੱਕ ਆਂਦੇ ਨੇ ਘਰ ਦਾ ਕੂੜਾ ਚੁੱਕਣ ਵਾਸਤੇ ਟਰਾਲੀਆਂ ਆਉਂਦੀਆਂ ਨੇ ਉਹ ਵੀ ਦਿਨ ਵੇਲੇ ਉਹ ਕਿਤੇ ਲਫਾਫਾ ਉੱਡ ਰਿਆ ਫਿਰਦਾ ਹੁੰਦਾ ਕਦੀ ਕੁਝ ਛੱਡਿਆ ਕਰਦਾ ਸਭ ਤੋਂ ਜ਼ਿਆਦਾ ਮੈਨੂੰ ਤਾਂ ਰਿਸਕਾ ਹੀ ਲੱਗਦਾ ਉਹਦੇ ਪਿੱਛੇ ਪਿੱਛੇ ਜਾਣਾ ਉਹਦੇ ਪਿੱਛੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿਤੇ ਆਪਣੇ ਨੰਡੇ ਪਵੇ ਨਾ ਮਤਲਬ ਤੁਸੀਂ ਰਾਤੀ ਲੈ ਜਾਓ ਯਾਰ ਹੈ ਨਾ ਦਿਨ ਵੇਲੇ ਕਿਉਂ ਪਰ ਉਹ ਵੀ ਇੰਸਾਨੇ ਗੱਲ ਤਾਂ ਅਸੀਂ ਸਾਨੂੰ ਪਤਾ ਹੈ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਠੰਡ ਲੱਗਦੀ ਆ ਠੰਡ ਲੱਗਦੀ ਸੋ ਇਹ ਚੀਜ਼ਾਂ ਨੇ ਕਿਉਂਕਿ ਉਹ ਵੀ ਬੰਦੇ ਨੇ ਨਾ ਔਰ ਫੈਸਿਲਟੀਆਂ ਤੁਹਾਨੂੰ ਪਤਾ ਹੀ ਜਿੰਨੀਆਂ ਕਿ ਮਿਲਦੀਆਂ ਨੇ ਉਹਦਾ ਤੁਹਾਨੂੰ ਪਤਾ ਹੀ ਆ ਸੋ ਇਹ ਸਭ ਚੀਜ਼ਾਂ ਨੇ ਇੱਕ ਕੰਬੀਨੇਸ਼ਨ ਆ ਜੇ ਫੈ ਦੂਸਰੇ ਟਾਈਮ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਹੈ ਪਰ ਜਦੋਂ ਫੈਸਿਲਟੀਆਂ ਨਹੀਂ ਮਿਲਦੀ ਤਾਂ ਕੁਦਰਤ ਦੇ ਉੱਤੇ ਡਿਪੈਂਡ ਰਹਿਣਾ ਪੈਂਦਾ ਤਾਂ ਕਹਿੰਦੇ ਨੇ ਕਿ ਧੁੱਪ ਨਿਕਲੂਗੀ ਪਰ ਅੱਜ ਕੱਲ ਧੁੱਪ ਵੀ ਨਹੀਂ ਨਿਕਲਦੀ ਭਈ ਇਸ ਕਰਕੇ ਸਰਦੀ ਤੋਂ ਛੁਟਕਾਰਾ ਧੁੱਪ ਮੇਂ ਦਵਾ ਸਕਦੇ ਨੇ ਇਹ ਧੁੱਪ ਨਿਕਲਦੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹਾਏ ਹਾਏ ਧੁੱਪ ਨਿਕਲ ਆਈ ਮੈਂ ਬੀਬੀਆਂ ਮੰਜਾ ਡਾ ਕੇ ਬਾਹਰ ਆਏ ਨੇ ਗਲੀ 'ਚ ਜਿਹੜੀ ਗਲੀ 'ਚ ਡਾਂਣ ਵਾਲੀਆਂ ਬਾਕੀ ਜਿਹੜੇ ਕੋਠੇ ਚੜ ਜਾਂਦੇ ਆ ਜੱਫਤੇ ਜਾ ਕੇ ਧੁੱਪ ਸੇਕ ਲਈ ਔਰ ਗਰੀਸ ਬਹਿ ਕੇ ਕਪੜੇ ਪਾਉਂਦੀਆਂ ਨਾ ਬੀਬੀਆਂ ਨਾਲ ਧੁੱਪ ਚੱਲ ਜਾਂਦੀ ਆ ਆ ਨਾਲੇ ਉਹ ਦੇਖ ਇਹ ਆਏ ਸੀ ਇਹ ਕਹਿੰਦੇ ਮੈਂ ਗੋਬੀ ਵਾਲੇ ਪਰੌਂਠੇ ਖਾਣੇ ਨੇ ਉਹ ਨਿੱਕਾ ਆਇਆ ਕਹਿੰਦੇ ਮੈਂ ਮੂਲੀ ਵਾਲੇ ਖਾਣੇ ਨੇ ਕੱਲ ਦੇ ਆਲੂ ਵੀ ਪਏ ਸੀ ਫਿਰ ਮੈਂ ਆਲੂ ਪਰ ਕੇ ਬਣਾਤੇ ਫਿਰ ਹੁਣ ਰਾਤੀ ਮਟਰ ਵਾਲੇ ਚੌਲ ਬਣਾ ਲਾਂਗੇ ਮੈਂ ਕਿਹਾ ਇਹ ਮੈਨੂੰ ਕਿਉਂ ਦੱਸਦੇ ਪਏ ਹੋ ਮੈਂ ਕੀ ਕਰਾਂ ਜਿਹਨੇ ਜੋ ਖਾਣਾ ਖਾ ਲਿਆ ਇੱਕ ਕਹਾਣੀ ਕਾ ਦੀ ਹੈ ਲੈ ਕੋ ਗੱਲ ਵੀ ਨਾ ਕਰੀਏ ਨਾਲ ਕੁੰਡੇ ਪਾਈ ਜਾਣਗੀਆਂ ਮਤਲਬ ਗੱਲ ਕਰਨ ਵਾਸਤੇ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਗੱਲ ਉਹਨਾਂ ਗੱਲਾਂ ਉਹਨਾਂ ਕੋ ਬਹੁਤ ਹੁੰਦੀ ਹੈ ਉਹਨਾਂ ਨੂੰ ਬੰਦਾ ਚਾਹੀਦਾ ਹੁੰਦਾ ਕੋਈ ਕਿ ਗੱਲ ਸੁਣਨ ਵਾਲਾ ਹੋਵੇ ਸੇ ਉਹਨਾਂ ਨੂੰ ਆਪਣੇ ਵੱਲੋਂ ਫੇ ਸਾਰੀ ਗੱਲਾਂ ਸੁਣਾ ਦਿੰਦੇ ਅਗਲਾ ਉਹਦਾ ਇੰਟਰਸਟ ਲਵੇ ਨਾ ਲਵੇ ਯਾ ਮੇਰੇ ਕੋਲ ਕੋਈ ਗੱਲ ਨਹੀਂ ਰਹਿਣੀ ਚਾਹੀਦੀ ਮੈਂ ਪੂਰਾ ਖਾਲੀ ਹੋ ਜਾਣਾ ਸਾਰੀਆਂ ਗੱਲਾਂ ਤਾਂ ਸੁਣਾ ਦੇਣੀਆਂ ਨੇ ਜ਼ਬਰਦਸਤੀ ਸੁਣਾਣੀਆਂ ਨੇ ਇਹਦੇ ਵਿੱਚੋਂ ਨਿਕਲਣਾ ਕੀ ਆ ਇਹ ਚ ਕੋਈ ਗੱਲ ਨਹੀਂ ਨਿਕਲਨੀ ਸੋ ਇਹ ਗੱਲਾਂ ਚੱਲਦੀਆਂ ਨੇ ਕਿਉਂਕਿ ਤੁੱਪੇ ਬੈਠੋ ਤਾਂ ਤੁਸੀਂ ਦੇਖੋ ਫਿਰ ਕੋਈ ਕੋਈ ਪੁਰਾਣੀ ਰਿਸ਼ਤੇਦਾਰੀ ਦੀ ਗੱਲ ਕਿਸੇ ਦੇ ਵਿਆਹ ਦੀ ਗੱਲ ਛੇੜ ਕੇ ਵਜਣਗੇ ਹੋਰ ਨਹੀਂ ਤੇ ਗਵਾਂਡਣ ਦੀਆਂ ਚੁਕਲੀਆਂ ਸ਼ੁਰੂ ਹੋ ਗਈਆਂ ਮਤਲਬ ਕੁਝ ਨਾ ਕੁਝ ਕੁਝ ਨਾ ਕੁਝ ਚੱਲਦਾ ਰਹਿਣਾ ਚਾਹੀਦਾ ਅਸੀਂ ਤੁੱਪੇ ਬੈਠੋ ਇਕੱਠੇ ਹੋ ਜਾਓ ਫਿਰ ਆਸਮਾਨ ਪੂਰਾ ਭਰਿਆ ਹੁੰਦਾ ਪਤੰਗਾ ਨਾਲ ਮੈਂ ਕਿਹਾ ਜੀ ਪਤੰਗਾ ਨਾਲ ਤੁਸੀਂ ਪਾਰਕ ਵਿੱਚ ਜਾ ਕੇ ਦੇਖੋ ਉੱਤੇ ਬਜ਼ੁਰਗ ਜਿਹੜੇ ਨੇ ਤਾਸ਼ ਖੇਡਦੇ ਹੋਣਗੇ ਅੱਛਾ ਇੱਕ ਵਾਰੀ ਮੈਂ ਦੇਖਿਆ ਇੱਕ ਬਜ਼ੁਰਗ ਹੂੰ ਤਾਸ਼ ਖੇਡਦੇ ਪਰ ਨਾਲ ਡੱਬਾ ਲੈ ਕੇ ਆਇਆ ਫੇਰ ਡੱਬਾ ਖੋਲਿਆ ਉਹਦੇ ਚ ਪਤਾ ਕੀ ਗਾਜਰਾਂ ਦਾ ਅੱਛਾ ਗੋਭੀ ਦਾ ਛਲਗਮਾ ਦਾ ਅਚਾਰ ਮਿੱਠਾ ਉਹ ਬੜਾ ਸਵਾਦ ਲੱਗਦਾ ਨਾਲ ਤਾਸ਼ ਖੇਡੋ ਨਾਲ ਮਿੱਠਾ ਅਚਾਰ ਖਾਓ ਸਵਾਦ ਆ ਜਾਂਦਾ ਮੈਂ ਕਮਾਲ ਆ ਯਾਰ ਬੌਜੀ ਆ ਵੀ ਚੀਜ਼ ਹੁੰਦੀ ਆ ਵੀ ਹੁੰਦੀ ਪੁੱਤਰ ਇਹ ਨਜ਼ਾਰਾ ਤਾਸ਼ ਦਾ ਤਾਂ ਆਂਦਾ ਜੀ ਅਚਾਰ ਨਾਲ ਲੈ ਕੇ ਆਉਂਦਾ ਦੇਖੋ आनंद ਲੈਣ ਦਾ ਤਰੀਕਾ ਆ ਉਹ ਇਸ ਤਰੀਕੇ ਨਾਲ ਆਪਣਾ ਆਨੰਦ ਲੈਂਦੇ ਕੋਈ ਪਤੰਗਾ ਉਡਾ ਕੇ ਆਪਣਾ ਆਨੰਦ ਲੈ ਰਿਹਾ ਬੀਬੀਆਂ ਆਪਣਾ ਸਵੈਟਰ ਬੁੰਦੀਆਂ ਹੋਈਆਂ ਲੈ ਰਹੀਆਂ ਨੇ ਨਾਲ ਸੰਤਰੇ ਖਾਈ ਜੋ ਨਾਲ ਨਾਲ ਸਾਗ ਚਿੱਲੀ ਜੋ ਮੇਥੀ ਚਿੱਲੀ ਜੋ ਮਤਲਬ ਆਪਣਾ ਆਪਣਾ ਤਰੀਕਾ ਹੈ ਤੇ ਮੈਨੂੰ ਆ ਲੱਗਦਾ ਇਹ ਸਭ ਕੁਝ ਸਾਨੂੰ ਦੇਖਣ ਨੂੰ ਮਿਲੇਗਾ ਸਿਰਫ ਸਿਰਫ ਪੰਜਾਬ ਦੇ ਵਿੱਚ ਸਾਗ ਦੀ ਤਾਂ ਤੁਸੀਂ ਬਹੁਤ ਸੋਹਣੀ ਗੱਲ ਕਹੀ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਸੀ ਕੈਨੇਡਾ ਆਈਓ ਤੁਹਾਨੂੰ ਸਾਗ ਖਵਾਵਾਂਗੇ ਮੈਂ ਕਮਾਲ ਹੋ ਗਈ ਪੰਜਾਬੀ ਕੈਨੇਡਾ ਜਾਊਗਾ ਸਾਗ ਖਾਣ ਵਾਸਤੇ ਇੱਥੇ ਨਹੀਂ ਮਿਲਦਾ ਸੋ ਸਾਗ ਦਾ ਹਰੇਕ ਕੋਲ ਆਪਣਾ ਆਪਣਾ ਕਿੱਸਾ ਕਿਉਂਕਿ ਸਾਗ ਸਭ ਦਾ ਫੇਵਰਿਟ ਆ ਔਰ ਜੋ ਵੀ ਬਾਰੋਵੀ ਆਂਦੇ ਨੇ ਉਹ ਵੀ ਯਾਰ ਪੰਜਾਬ ਦਾ ਸਾਗ ਜ਼ਰੂਰ ਖਾਣਾ ਠੀਕ ਆ ਨਾ ਸਾਡਾ ਇੱਥੇ ਸਾਗ ਬਹੁਤ ਮਸ਼ਹੂਰ ਆ ਇੱਕ ਵਾਰ ਕੀ ਹੋਇਆ ਉਹਦੇ ਉੱਤੇ ਨਾ ਇੱਕ ਮਜ਼ਾਕ ਬਣਿਆ ਹੋਇਆ ਇੱਕ ਭਾਈ ਸਾਹਿਬ ਪਹਿਲੀ ਵਾਰ ਸਹੁਰੇ ਗਏ ਵਿਆਹ ਤੋਂ ਬਾਅਦ ਤੇ ਸੱਸ ਨੇ ਸਾਗ ਖਵਾਇਆ ਅਗਲੇ ਦਿਨ ਫੇਰ ਸਾਗ ਖਵਾਇਆ ਅਗਲੇ ਦਿਨ ਫੇਰ ਸਾਗ ਖਵਾਇਆ ਚੌਥੇ ਦਿਨ ਵੀ ਸਾਗ ਪੰਜਵੇਂ ਦਿਨ ਵੀ ਸਾਗ ਛੇਵੇਂ ਦਿਨ ਸਵੇਰੇ ਜਦੋਂ ਸੱਸ ਘੋਟਣ ਲੱਗੀ ਹੋਈ ਨਾ ਕਹਿੰਦਾ ਬੇਬੇ ਜੀ ਤੁਹਾਡੇ ਖੇਤ ਕਿੱਥੇ ਨੇ ਮੈਨੂੰ ਦੱਸੋ ਮੈਂ ਆਪੇ ਆ ਕੇ ਚੜ ਜਾਣਾ ਉੱਥੇ ਘਰ ਨਾਲ ਲਿਆਓ ਮੈਨੂੰ ਸਾਗ ਤੋਂ ਵੀ ਗੱਲ ਯਾਦ ਆਈ ਕਿ ਇੱਕ ਸਾਡੇ ਮੰਤਰੀ ਸਾਹਿਬ ਨੇ ਕਿਸੇ ਨੇ ਦੱਸੀ ਸੀ ਪੰਜਾਬ ਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਮੈਂ ਕੋਈ ਮਹਾਰਾਸ਼ਟਰੀ ਮਿਲ ਉਧਰ ਉਧਰ ਛੇੜ ਦਾ ਕੋਈ ਹੋਏਗਾ ਮੰਤਰੀ ਉਹਨਾਂ ਨੂੰ ਜਾ ਕੇ ਕਹਿੰਦੇ ਇੱਕ ਵਾਰੀ ਸਾਗ ਦੇ ਦਿੱਤਾ ਕਹਿੰਦੇ ਸਾਗ ਸਾਰੀ ਮਾਤਾ ਜੀ ਨੇ ਬਣਾਇਆ ਸੀ ਪਹਿਲੇ ਕੁਝ ਦਿਨ ਪਹਿਲਾਂ ਬਣਾਇਆ ਸੀ ਤੈਨੂੰ ਤੜਕਾ ਲਾਤਾ ਅਗਲੇ ਦਿਨ ਕਹਿੰਦੇ ਵੇਹੜਾ ਤੜਕਾ ਲਾਤਾ ਉਹਨੂੰ ਤੇ ਜਿੱਦ ਨੇ ਫਿਕਰ ਦਾ ਸਾਹ ਨੂੰ ਜਿੰਨਾ ਤੜਕਾ ਲਾਈ ਜੋ ਉਹਨਾਂ ਸਵਾਦ ਲੱਗਣ ਆਪਾਂ ਦੇ ਨਾ ਤੇ ਕਹਿੰਦੇ ਫਿਰ ਜਦ ਅਲਾਸ ਦੇ ਤੜਕਾ ਲਾਇਆ ਨਾ ਆਪਾਂ ਉਹਨਾਂ ਦੇ ਘਰ ਲੈ ਗਏ ਅਸੀਂ ਉਹਨੂੰ ਕਿਹਾ ਲੋ ਜੀ ਪੰਜਾਬ ਦਾ ਸਾਗ ਤੇ ਖਾ ਕੇ ਦੇਖਿਓ ਕਿਤਾ ਲੱਗਾ ਕਹਿੰਦੇ ਉਹਨਾਂ ਨੇ ਖਾ ਲਿਆ ਉਹ ਕਹਿੰਦੇ ਸਵਾਦ ਬੜਾ ਹੈ ਕਹਿੰਦੇ ਮੁੜ ਕੇ ਮੈਨੂੰ ਫੋਨ ਆ ਗਿਆ ਕਹਿੰਦੇ ਉਹ ਜਿਹੜੀ ਜੋ ਆਪ ਲਾਏ ਥੇ ਨਾ ਡਿਸ਼ ਉਸ ਕੀ ਰੈਸਪੀ ਮਾਰੇ ਸ਼ੈਫ ਕੋ ਬਤਾ ਦੇਣਾ ਕਿਆ ਹੈ ਕਹਿੰਦੇ ਹੁਣ ਮੈਨੂੰ ਕੀ ਰੈਸਪੀ ਦੱਸਿਆ ਕਿ ਸਾਗ ਲਾ ਕੇ ਉਹਨੂੰ ਚਾਰ ਵਾਰ ਤੜਕਾ ਲਾਈ ਜਾਏ ਮਤਲਬ ਉਹਨੂੰ ਰਿਪੀਟ ਕਰੀ ਜਾਏ ਸਾਗ ਨੂੰ ਇੱਕ ਵਾਰੀ ਦੂਸਰੀ ਵਾਰੀ ਤੀਸਰੀ ਵਾਰੀ ਚੌਥੀ ਵਾਰੀ ਕਹਿੰਦੇ ਜੋ ਅਗਲੀ ਵਾਰ ਆਪਾਂ ਆਉਗੇ ਆਉਗੇ ਨਾ ਤਾਂ ਇਹ ਸਾਗ ਜ਼ਰੂਰ ਲੈ ਕੇ ਆਣਾ ਬਿਲਕੁਲ ਠੀਕ ਆ ਚੌਲ ਬਾਜਣ ਰਾਤ ਦੇ ਸਵੇਰੇ ਚੌਲ ਨੂੰ ਤੜਕਾ ਲਾ ਦਿਓ ਮੇ ਡਿਸ਼ ਬਣ ਜਾਂਦੀ ਹੈ ਕਿਉਂਕਿ ਇਹਦਾ ਖਾਸियत ਹੈਗੀ ਆ ਕਿ ਤੁਸੀਂ ਇੱਕ ਵਾਰੀ ਮਿਹਨਤ ਕਰ ਲਓ ਫਿਰ ਰਾਮ ਦੇ ਨਾਲ ਉਹਨੂੰ ਹਫਤਾ ਆਈ ਥਿੰਕ ਗੋਹਾਵ ਦੇਵੀ ਮੈਨੂੰ ਪਤਾ ਨਹੀਂ ਜਿਆਦਾ ਹੋਰ ਕਿੰਨੀ ਦੇਰ ਚਲਾਂਦੇ ਪਰ ਮੈਨੂੰ ਪਤਾ ਲੰਬੀ ਦੇਰ ਤੱਕ ਚੱਲ ਪੈਂਦਾ ਹੈ ਯਾ ਔਰ ਅਸੀਂ ਤਾਂ ਕਈ ਵਾਰ ਸੁਣੀਦਾ ਸਾਡੇ ਬਜ਼ੁਰਗਾਂ ਨੂੰ ਸਾਗ ਬਹੁਤ ਪਸੰਦ ਸੀ ਕਈ ਵਾਰ ਕਈ ਮਹਾਪੁਰਖਾਂ ਦੀਆਂ ਕਹਾਣੀਆਂ ਆਂਦੀਆਂ ਨੇ ਉਹਨਾਂ ਨੂੰ ਸਾਗ ਬੜਾ ਪਸੰਦ ਹੈ ਮੈਂ ਜੀ ਇਹ ਗੱਲ ਕਰਦਾ ਪਿਆ ਤੇ ਇੱਕ ਸਾਹਮਣੇ ਮੈਨੂੰ ਜਵਾਬ ਪਤਾ ਕੀ ਮਿਲਦਾ ਉਹਦੋਂ ਕੋਈ ਆਪਸ਼ਨ ਵੀ ਤਾਂ ਨਹੀਂ ਸੀ ਨਾ ਸਾਗ ਹੀ ਹੁੰਦਾ ਸੀ ਉਹਨਾਂ ਨੇ ਹੋਰ ਗਾਣਾ ਵੀ ਕੀ ਸੀ ਮੈਂ ਕਹ ਛੱਡ ਯਾਰ ਸਾਰਾ ਸਵਾਦ ਹੀ ਕਰਕੜਾ ਕਰਕੇ ਲੱਗਦਾ ਮੈਂ ਤਰੀਫਾਂ ਦੇ ਪੁੱਲ ਬਣੀ ਜਾਂਦਾ ਸਾਗ ਇੰਦਾ ਸਾਗ ਹੁੰਦਾ ਬਹੁਤ ਕੁਸ਼ ਹੁੰਦਾ ਸੀਗਾ ਪਰ ਸਾਗ ਦੀ ਕੁਆਲਿਟੀ ਸਾਗ ਦੀ ਹੈ ਨਾ ਜੋ ਸਾਗ ਕੰਮ ਕਰਦਾ ਉਹ ਕੋਈ ਸਬਜ਼ੀ ਨਹੀਂ ਕੰਮ ਕਰਦੀ ਅੱਛਾ ਸਾਗ ਨੂੰ ਨਾ ਕੋਈ ਇਸ ਸਬਜ਼ੀ ਤੇ ਗਿਣ ਸਕਦੇ ਕਿਸੇ ਨਾ ਕਿਸੇ ਕੋਈ ਦਾਲਾ ਚਾਹਦੀ ਹੈ ਸਾਗ ਆਪਣੀ ਹੀ ਇੱਕ ਵੈਰਾਈਟੀ ਹੈ ਯੈਸ ਔਰੇ ਸੇਤ ਵਾਸਤੇ ਬਹੁਤ ਅੱਛਾ ਨਰੋਇਆ ਪੇਟ ਵਾਸਤੇ ਬਹੁਤ ਅੱਛਾ ਇਹਦੇ ਚ ਕਿਉ ਪਾ ਕੇ ਸਪੈਸ਼ਲ ਤੇ ਤੇਲ ਦਾ ਤੜਕਾ ਲਾ ਕੇ ਸਪੈਸ਼ਲ ਤੇ ਨਾਲ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਦੇ ਉੱਪਰ ਵੀ ਮੱਖਣ ਸਾਗ ਦੇ ਵਿੱਚ ਵੀ ਮੱਖਣ ਨਾਲ ਲस्सी ਦਾ glass ਉਹ ਵੀ ਮਸਾਲੇ ਵਾਲੀ ਲस्सी ਮੈਨੂੰ ਲੱਗਦਾ ਕਿ ਸੰਦੀਪ ਜੀ ਤਾਂ ਰਮੂ ਚ ਪਾਣੀ ਆ ਗਿਆ ਤੇ ਨਾਲ ਅਦਰਕ ਦਾ achar ਆਏ ਆ ਤੁਹਾਨੂੰ ਤੁਹਾਨੂੰ ਬਹੁਤ ਭੁੱਖ ਲੱਗੀ ਸ਼ਾਇਦ ਉਹ ਲੱਗਦਾ ਨਹੀਂ ਐਨੀ ਵੀ ਨਹੀਂ ਲੱਗੀ ਮੈਂ ਪ੍ਰੋਗਰਾਮ ਕਰ ਸਕਦਾ ਠੰਡ ਬਹੁਤ ਲੱਗਦੀ ਪਈ ਆ ਪਰ ਮੈਨੂੰ ਜ਼ਰੂਰ ਲੱਗ ਗਈ ਹੈ ਭੁੱਖ ਭੁੱਖ ਲੱਗ ਪਈ ਹੈ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਸਾਥ ਖਵਾਵਾਂਗੇ ਅਸੀਂ ਕਦੀ ਰੋਟੀ ਦੀ ਗੱਲ ਕਰ ਲਈਏ ਕਿ ਹੁਣ ਮੇਰੇ ਦਿਲ ਕਰਦਾ ਕਿ ਮੱਕੀ ਰੋਟੀ ਖਾ ਲਵਾਂ ਮੱਕੀ ਦੀ ਰੋਟੀ ਮੇਥੀ ਵਾਲੀ ਬਹੁਤ ਸਵਾਦ ਲੱਗਦੀ ਬਹੁਤ ਸਵਾਦ ਲੱਗਦੀ ਆ ਆਏ ਹੋਏ ਵਿੱਚ ਮੁੱਲੀ ਪਾ ਦਿੱਤੀ ਜਾਵੇ ਨਾ ਨਾਲੇ ਹੋਰ ਹੀ ਮਜ਼ਾ ਆ ਜਾਂਦਾ ਚਲੋ ਠੀਕ ਹੈ ਪੰਜਾਬੀਆਂ ਕੋਲ ਖਾਣ ਪੀਣ ਦਾ ਇੰਨਾ ਕੁਸ਼ ਹੈ ਪੰਜਾਬੀਆਂ ਕੋਲ ਸਰਦੀ ਦੇ ਵਿੱਚ ਪਤਾ ਨਹੀਂ ਕੀ ਕੁਝ ਗਜਰੇਲਾ ਅਲਸੀ ਦੀ ਪਿੰਨੀ ਦੀ ਆਪਾਂ ਗੱਲ ਕੀਤੀ ਆ ਉਸ ਤੋਂ ਕਈ ਹੋਰ ਤਰ੍ਹਾਂ ਦੀਆਂ ਪਿੰਨੀਆਂ ਸਾਗ ਦੀ ਆਪਾਂ ਗੱਲ ਕਰਦੇ ਹੀ ਪਏ ਆ ਕਿੰਨੇ ਤਰ੍ਹਾਂ ਦੇ ਅਸੀਂ ਉਹ ਦਾਲਾਂ ਦੇ ਸੂਪ ਬਣਾ ਲੈਨੇ ਆ ਕਈ ਤਰ੍ਹਾਂ ਦੇ ਅਸੀਂ ਬਾਕੀ ਸਾਰੇ ਸੂਬਿਆਂ ਦੇ ਵੀ ਆ ਨਾ ਜਿਹੜੀਆਂ ਡਿਸ਼ੇਸ ਨੇ ਉਹ ਵੀ ਲੈ ਕੇ ਉਹਨੂੰ ਪੰਜਾਬੀ ਤੜਕਾ ਲਾ ਕੇ ਉਹਨੂੰ ਪੰਜਾਬੀ ਬਣਾ ਦਿੰਦੇ ਆ ਇੱਥੋਂ ਤੱਕ ਕਿ ਫੋਰਨ ਦੀਆਂ ਡਿਸ਼ੇਸ ਨੂੰ ਵੀ ਪੰਜਾਬੀ ਬਣਾ ਦਿੰਦੇ ਆ ਇੱਥੇ ਰੈਸਟੋਰੈਂਟ ਖੁੱਲੇ ਹੋਇਆ ਇਟਾਲੀਅਨ ਫੂਡ ਕਿੰਦੇ ਚਾਈਨੀਜ਼ ਫੂਡ ਜਾ ਕੇ ਦੇਖੋ ਪੰਜਾਬੀ ਤੜਕੇ ਪਾ ਕੇ ਪੰਜਾਬੀ ਬਣਾਏ ਹੋਏ ਨੇ ਕਹਿੰਦੇ ਭਾਜੀ ਜੇ ਉਹ ਚੀਜ਼ ਖਵਾਈ ਹੈ ਨਾ ਜਿਹੜੀ ਉੱਥੋਂ ਆਉਂਦੀ ਹੈ ਕਿਸੇ ਨੇ ਨਹੀਂ ਖਾਣੀ ਕਿਸੇ ਨੇ ਨਹੀਂ ਖਾਣੀ ਕਿਉਂਕਿ ਉਹ ਟੇਸਟ ਡਿਫਰੈਂਟ ਨੇ ਸਾਡੇ ਟੇਸਟ ਅਸੀਂ ਆਪਣੇ ਮਸਾਲੇ ਪਾ ਕੇ ਬਣਾ ਲੈਂਦੇ ਕਿਉਂਕਿ ਪੰਜਾਬੀ ਕੋਈ ਵੀ ਚੀਜ਼ ਮਸਾਲੇ ਤੋਂ ਬਿਨਾ ਨਹੀਂ ਖਾਂਦੇ ਮਸਾਲਿਆਂ ਦੇ ਸ਼ੌਕੀਨ ਹੁੰਦੇ ਨੇ ਜਦਕਿ ਇੱਥੋਂ ਦੀ ਜਦੋਂ ਕੋਈ ਵੀ ਫੋਰਨ ਜਾਂਦਾ ਪੰਜਾਬ ਤੋਂ ਮਸਾਲਿਆਂ ਦਾ ਡੱਬਾ ਵੱਖਰਾ ਲੈ ਕੇ ਜਾਂਦਾ ਕਿਉਂਕਿ ਉਹ ਬਤਾ ਉੱਥੇ ਮਸਾਲੇ ਲਬੜੇ ਨਹੀਂ ਤੇ ਸਬਜ਼ੀ ਨੂੰ ਸੁਆਦ ਆਣਾ ਨਹੀਂ ਮਸਾਲੇ ਤੋਂ ਬਿਨਾ ਤੇ ਮਸਾਲਾ ਉੱਥੇ ਆ ਕੇ ਜ਼ਰੂਰ ਖਾਣਾ ਪੰਜਾਬ ਗੱਲਾਂ 'ਚ ਵੀ ਮਸਾਲਾ ਹੀ ਹੁੰਦਾ ਮਸਾਲਾ ਹੀ ਹੁੰਦਾ ਸਹੀ ਕਿਹਾ ਮਿਲਣ 'ਚ ਵੀ ਮਸਾਲਾ ਹੀ ਹੁੰਦਾ ਅੱਛਾ ਜਦੋਂ ਫੋਰਨਰਸ ਕੋਈ ਇੱਥੇ ਆਉਂਦੇ ਨੇ ਅਗਰ ਉਹਨਾਂ ਦੇ ਬਹੁਤ ਜ਼ਿਆਦਾ ਚੱਕਰ ਲੱਗਦੇ ਨੇ ਇੰਡੀਆ ਦੇ ਜਿਹਾ ਖਾਸ ਕਰਕੇ ਪੰਜਾਬ 'ਚ ਉਹ ਵੀ ਆਦੀ ਹੋ ਜਾਂਦੇ ਪਤਾ ਮਸਾਲੇ ਖਾਣ ਦੇ ਉਹਨਾਂ ਨੇ ਉਹਨਾਂ ਨੂੰ ਵੀ ਆਦਤ ਪੈ ਗਈ ਕਿ ਚਲੋ ਫਿਰ ਮਸਾਲੇ ਵਾਲੀ ਮਿਲ ਉਹ ਵੀ ਖਾਣਾ ਪਸੰਦ ਕਰਦੇ ਫਿਰ ਬਸ ਆਏ ਹੋਏ ਨੇ ਪੁੱਤਰਾਂ ਦੇ ਵਿਆਹ ਕਰਨ ਧੀਆਂ ਦੇ ਵਿਆਹ ਕਰਨ ਕਿਉਂਕਿ ਇਹ ਸੀਜ਼ਨ ਹੈ ਨਾ ਗੁਲਾਬੀ ਗੁਲਾਬੀ ਪੱਗਾ ਬੰਨ ਕੇ ਸਾਰੇ ਜਾਣੇ ਵਿਆਹ ਦੇ ਉੱਤੇ ਆਏ ਹੋਣਗੇ ਇਹ ਐਨਆਰਐਸ ਦੀ ਵਰਾਤ ਹੈ ਹੈਨਾ ਫਿਰ ਉੱਥੇ ਉਹ ਜਿਹੜੇ ਮੰਗਣ ਵਾਲੇ ਵੀ ਆ ਜਾਂਦੇ ਨੇ ਕਈ ਵਾਰ ਉਹਨਾਂ ਨੂੰ ਪਤਾ ਹੈ ਵੇ ਅਮਰੀਕੀਆਂ ਵੇ ਬਲੈਤੀਆ ਹੈ ਨਾ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇੱਕ ਵਾਰੀ ਮੈਨੂੰ ਬਹੁਤ ਪੈਰੀ ਗ ਮੰਗਣ ਵਾਲੀ ਕੋਈ ਲੇਡੀ ਸੀ ਉਹ ਕਹਿੰਦੀ ਦੇਖੋ ਰੱਬ ਨਾ ਦੋ ਵਾਰੀ ਬੂਟਾ ਲਾਂਦਾ ਇੱਕ ਤਾਂ ਵਿਆਹ ਵੇਲੇ ਇੱਕ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਇਹ ਕਮਾਲ ਹੋ ਗਿਆ ਯਾਰ ਕਿੰਨਾ ਇਹਨੇ ਨਿਚੋੜ ਕੱਢਿਆ ਹੋਇਆ ਗੱਲ ਦਾ ਇਸ ਗੱਲ ਤੇ ਖੁਸ਼ ਹੋ ਕੇ ਨਾ ਮੁੰਡੇ ਦੇ ਪਿਓ ਨੇ 100 ਰੁਪਏ ਦਾ ਨੋਟ ਦੇ ਦਿੱਤਾ ਕਿ ਨਾਲ ਲਫੜ ਇਹ ਬਹੁਤ ਵਧੀਆ ਗੱਲ ਜੂਏ ਨਾ ਅਗਰ ਦੋ ਚਾਰ ਮਿੱਠੀਆਂ ਗੱਲਾਂ ਲਾ ਦੋ ਪੰਜਾਬੀਆਂ ਨੂੰ ਖੁਸ਼ ਹੋ ਗਏ ਦਿਲ ਓਏ ਹੋਏ ਪੈਸੇ ਘੜ ਲਣਗੇ ਆਲੋ ਫੜੋ ਉਹ ਦੇ ਦੋਸਰੀ ਹੁੰਦੇ ਆ ਫੂਕ ਦੇ ਦਿਓ ਫੂਕ ਦੇ ਦੋ ਬਸ ਪੰਪ ਦੇ ਦਿਓ ਖੁਸ਼ ਹੋ ਜਾਂਦੇ ਤੂੰ ਸਾਨੂੰ ਦੁਆ ਦੇ ਕੇ ਜਾ ਤੂੰ ਸਾਨੂੰ ਆਸ਼ੀਰਵਾਦ ਦੇ ਕੇ ਜਾ ਬਸ ਪੰਪ ਫੂਕ ਬੜੇ ਨਾਣੇ ਕੋਈ ਛੋਲਿਆਂ ਦੇ ਝਾੜਦੇ ਚੜਾਦੇ ਹੋ ਇਹਨਾਂ ਨੂੰ ਹੈਨਾ ਇਹ ਬਹੁਤ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੈਸੇ ਇਦਾਂ ਨਹੀਂ ਸਿਆਣੇ ਹੁੰਦੇ ਨੇ ਹਿਊਮਨ ਸਾਈਕੀਆ ਕਿਤੇ ਵੀ ਪੰਪ ਦੇ ਦਿਓ ਕਿਤੇ ਵੀ ਉਹਨੂੰ ਚਾਪਲੂਸੀ ਕਰ ਦਿਓ ਕਿਤੇ ਵੀ ਹਵਾ ਦੇ ਦਿਓ ਕਈ ਲੋਕ ਹਵਾ ਫੂਕ ਛੱਕ ਜਾਂਦੇ ਨੇ ਔਰ ਕਈ ਵਾਰ ਇਦਾਂ ਦਾ ਕੰਮ ਕਰਦੇ ਨੇ ਜਿਹੜਾ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਜਾਂ ਕਰਨਾ ਆਉਂਦਾ ਨਹੀਂ ਪੰਗਾ ਲੈ ਕੇ ਬਹਿ ਜਾਂਦੇ ਨੇ ਬਾਅਦ ਚ ਫਿਰ ਸਾਟਾ ਲਵਾ ਕੇ ਬਹਿ ਜਾਂਦੇ ਨੇ ਸੋ ਇਹ ਗੱਲਾਂ ਵੀ ਹੁੰਦੀਆਂ ਨੇ ਬਾਕੀ ਇਹ ਮਸਾਲੇ ਦੀ ਗੱਲ ਜਦੋਂ ਆਪਾਂ ਵਿਆਹਾਂ ਦੀ ਗੱਲ ਕਰਦੇ ਆ ਵਿਆਹਾਂ 'ਚ ਜਦੋਂ ਮਿਲਨੀਆਂ ਹੁੰਦੀਆਂ ਨੇ ਉਦੋਂ ਬੜਾ ਮਸਾਲਾ ਹੁੰਦਾ ਹੈ ਕਈ ਵਾਰ ਤਾਂ ਹੱਡੀਆਂ ਕੜਕਾ ਦੇਣਗੇ ਦੂਜੇ ਦੀਆਂ ਚੁੱਕ ਚੁੱਕ ਕੇ ਬਾਲੇ ਕੱਢਣਗੇ ਓਏ ਫੁੱਫੜ ਦੀ ਮਿਲਣੀ ਹੁੰਦੀ ਪਈ ਆ ਉਹ ਮੱਦੇ ਵਾਲੀ ਕਈ ਵਾਰ ਫੁੱਫੜ ਸੁੱਕੜਾ ਹੁੰਦਾ ਇੱਕ ਪਾਸੇ ਦਾ ਦੂਜੇ ਪਾਸੇ ਵਾਲਾ ਸੇਤ ਵਾਲਾ ਹੁੰਦਾ ਉਦੋਂ ਮਜ਼ਾਕ ਜ਼ਿਆਦਾ ਪਾਜਦਾ ਮਸਾਲਾ ਪਤਲਾ ਜਾਂ ਕੁੱਪੜ ਤੇ ਮੋਟਾ ਫੁੱਫੜ ਓ ਜੀ ਮੋਟੂ ਪਤਲੋ ਦੀ ਜੋੜੀ ਆ ਗਈ ਜੀ ਫਿਰ ਫਰੇਮ 'ਚ ਜਦੋਂ ਫੋਟੋ ਖਿੱਚੀ ਦਿਆ ਉਹ ਬੜਾ ਅਜੀਬ ਜਿਹਾ ਲੱਗ ਰਿਹਾ ਮੋਟੂ ਪਤਲੋ ਚੱਕਣਾ ਇਹ ਅੱਜ ਪਤਾ ਨਹੀਂ ਸ਼ੁਰ ਵੀ ਆਪਣੇ ਮੋਟਰਸਾਈਕਲ ਤੇ ਜਾਂਦਾ ਪਿਆ ਜਿਵੇਂ ਤੁਸੀਂ ਚੋੜ ਦੀ ਗੱਲ ਕੀਤੀ ਸੀ ਬੜੇ ਡੈਡੀਕੇਟਿਡ ਹੁੰਦੇ ਨੇ ਨਾ ਸਰਦੀ ਵਿੱਚ ਵੀ ਚੋਰੀ ਕਰਨ ਜਾਂਦੇ ਨੇ ਇੱਥੇ ਪੰਜਾਬੀ ਆਪਣੀ ਮੋਟਰਸਾਈਕਲ ਤੇ ਜਾਂਦਾ ਪਿਆ ਉੱਥੇ ਕਿਸੇ ਨੇ ਚੋਰ ਫੜਿਆ ਹੋਇਆ ਦੇਖੂਗਾ ਰਸ਼ ਹੈ ਉੱਥੇ ਜਾ ਕੇ ਮਾਈਕ ਬਾਈਕ ਖੜੀ ਕਰਕੇ ਕੀ ਹੋ ਗਿਆ ਅਜੀ ਚੋਰੀ ਕਰਦਾ ਫੜਿਆਗਾ ਦੋ ਛੱਡੂਗਾ ਕਰੋ ਕਰੋ ਇਹਨੂੰ ਪੁਲਿਸ ਦੇ ਹਵਾਲੇ ਕਰੋ ਆਪ ਚਲਾਜੋ ਤੂੰ ਕੀ ਲੈਣਾ ਸੀ ਤੁੱਟ ਬੜ ਮਾਰਨ ਚਲਾ ਗਏ ਫੈਸਲਾ ਕਰਨਾ ਵੀ ਪੰਜਾਬੀ ਦਾ ਕਿਤੇ ਪਾਸੇ ਕੁਝ ਨਿਆਏ ਹੁੰਦਾ ਦੇਖ ਲੈਣਾ ਅਨਿਆਇ ਤੇ ਫਿਰ ਬਰਦਾਸ਼ਤ ਨਹੀਂ ਕਰਦੇ ਇੱਦਾਂ ਕਿਦਾਂ ਹੋ ਗਿਆ ਇਹ ਚੋਰੀ ਕੀਤੀ ਹੈ ਚਲੋ ਦੋਚ ਪੇੜਾ ਲਗਾਓ ਇਹਨੂੰ ਅੰਦਰ ਕਰ ਦੋ ਅੱਧਾ ਕਰ ਦੋ ਸੋ ਇਹ ਵੀ ਇਹਨਾਂ ਦੇ ਅੰਦਰ ਮਸਾਲਾ ਹੈ ਮਸਾਲਾ ਹੈ ਮਦਦ ਕਰਨ ਨੂੰ ਵੀ ਸਭ ਤੋਂ ਅগে ਪੰਜਾਬੀ ਕਿਹਨੇ ਪੂਰੇ ਦੁਨੀਆ ਦੇ ਵਿੱਚ ਜਿੱਥੇ ਮਰਜ਼ੇ ਲੋੜ ਪੈ ਜੇ ਪੰਜਾਬੀ ਪਹੁੰਚਾਂਗਾ ਯਾ ਇੱਕ ਗੁਰੂ ਸਾਹਿਬਾਨ ਨੇ ਸਿਖਾਇਆ ਕਿ ਜਿੱਥੇ ਵੀ ਕਿਤੇ ਮਦਦ ਦੀ ਲੋੜ ਹੈ ਤੁਸੀਂ ਪਹੁੰਚੋ ਉੱਤੇ ਲੰਗਰ ਲਾਉਣਗੇ ਉੱਤੇ ਛਬੀਲਾ ਲਾਉਣਗੇ ਜੋ ਵੀ ਮਦਦ ਚਾਹੀਦੀ ਹੈ ਆਪਣੀ ਪੂਰੀ ਸਮਰੱਥਾ ਦੇ ਮੁਤਾਬਿਕ ਔਰ ਹੋਰ ਪੈ ਹੈ ਇਕੱਠੇ ਕਰਕੇ ਫਿਰ ਜਾਣਗੇ ਮੈਂ ਤਾਂ ਕਈ ਵਾਰ ਕਹਿੰਦਾ ਹਾਂ ਨਾ ਜੇ ਹਿਮਾਲਿਆ ਤੇ ਵੀ ਲੰਗੜ ਲਾਂ ਨਹੀਂ ਲੋੜ ਪਈ ਨਾ ਉੱਥੇ ਵੀ ਪਹੁੰਚ ਜਾਣਾ ਲੋ ਜੀ ਜਾਣਗੇ ਬਸ ਸੱਦੇ ਦੀ ਲੋੜਾ ਕਿ ਹਾਂਜੀ ਇੱਥੇ ਚਾਹੀ ਜਰੂਰਤ ਆ ਤੇ ਇੱਥੇ ਪੰਜਾਬੀ ਪਹੁੰਚ ਜਾਣਗੇ ਆਰਾਮ ਪੰਜਾਬੀ ਪਹੁੰਚ ਜਾਂਦੇ ਨੇ ਔਰ ਇਹ ਪ੍ਰਥਾ ਪੂਰੀ ਦੁਨੀਆ ਵਿੱਚ ਆ ਔਰ ਮੈਨੂੰ ਯਾਦ ਆ ਪਤਾ ਨਹੀਂ ਆਸਟ੍ਰੇਲੀਆ ਦਾ ਕੇਸ ਸੀਗਾ ਉਹਦੇ ਵਿੱਚ ਇੱਕ ਬੰਦੇ ਨੂੰ ਫੜਿਆ ਗਿਆ ਕਿ ਉਹ ਕਿਤੇ ਬ੍ਰੈਡ ਚੋਰੀ ਕਰ ਲਈ ਸੀ ਉਹਨੇ ਡਬਲ ਰੋਟੀ ਚੋਰੀ ਕਰ ਲਈ ਸੀ ਤੇ ਜੱਜ ਨੇ ਨਾ ਜਦੋਂ ਫੈਸਲਾ ਦਿੱਤਾ ਤੇ ਉਹਦੇ 'ਚ ਲਿਖਿਆ ਅਗੇ ਤੇ ਚੋਰੀ ਨਾ ਕਰੀ ਜੇ ਕਿਤੇ ਭੁੱਖ ਲੱਗੂਗੀ ਨਾ ਤਾਂ ਪਤਾ ਕਰੀ ਨੇੜੇ ਕਿਤੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਜਾ ਕੇ ਤੂੰ ਰੋਟੀ ਖਾ ਲਿਓ ਪੈਸੇ ਨਹੀਂ ਲੈਣਗੇ ਮਤਲਬ ਵਿਦੇਸ਼ਾਂ ਵਿੱਚ ਵੀ ਸਾਡੀ ਧੂਮ ਆ ਕਿ ਇਸ ਤਰ੍ਹਾਂ ਗੁਰੂ ਸਾਹਿਬਾਨ ਦਾ ਸੰਦੇਸ਼ ਲੈ ਕੇ ਫਿਰ ਚੱਲਦੇ ਆ ਯਾ ਅਗਰ ਤੁਹਾਨੂੰ ਕੁਝ ਖਾਣਾ ਪੀਣਾ ਚਾਹੁੰਦੇ ਤੇ ਤੈਨੂੰ ਖਾ ਸਕਦੇ ਪਰ ਤੁਹਾਨੂੰ ਮੁਫਤ ਹੀ ਮਿਲੇਗਾ ਹਾਂ ਲੰਗਰ ਦੀ ਇਹ ਪ੍ਰਥਾ ਸਾਦੀ ਜੋ ਗੁਰੂ ਸਾਹਿਬਾਨ ਨੇ ਚਲਾਈ ਹੋਰ ਦੇਖਿਆ ਜਾਵੇ ਬਹੁਤ ਵਧੀਆ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਹੀ ਆ ਇਨਸਾਨੀਅਤ ਦਾ ਅਦਾ ਰਹੀ ਆ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਜਦੋਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਨਾ ਸਾਨੂੰ ਆਪ ਨੂੰ ਵੀ ਮਜ਼ਾ ਆਉਂਦਾ ਸੁੱਖ ਮਿਲਦਾ ਔਰ ਸਾਨੂੰ ਲੱਗਦਾ ਕਿ ਸਾਡੇ ਜੀਵਨ ਦੀ ਵੈਲਿਊ ਹੈ ਸਾਨੂੰ ਆਪਣੇ ਆਪ ਨਾਲ ਪਿਆਰ ਹੋ ਜਾਂਦਾ ਆਪਣੇ ਅਸੀਂ ਇੱਜ਼ਤ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਅਸੀਂ ਇਸ ਰੂਪ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਆ ਕਿ ਅਸੀਂ ਮਦਦਗਾਰ ਆ ਤੇ ਇੱਕ ਦੂਜੇ ਦੀ ਮਦਦ ਕਰਦੇ ਹੋਏ ਜਦੋਂ ਆਪਾਂ ਚੱਲਦੇ ਆ ਨਾ ਤੇ ਦੁਨੀਆ ਦੇ ਵਿੱਚੋਂ ਸਮੱਸਿਆਵਾਂ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਤਾਂ ਸਰਦੀ ਵੀ ਫਿਰ ਘੱਟ ਲੱਗਦੀ ਹੈ ਜਦੋਂ ਤੁਸੀਂ ਮਦਦ ਕਰਦੇ ਹੋ ਨਾ ਕਿਉਂਕਿ ਤੁਹਾਨੂੰ ਚਾ ਚੜਿਆ ਹੁੰਦਾ ਮਦਦ ਕਰਨ ਦਾ ਫਿਰ ਸਰਦੀ ਨਹੀਂ ਲੱਗਦੀ ਫਿਰ ਹੱਥ ਨਹੀਂ ਸੁੰਦੇ ਫਿਰ ਕੁਝ ਵੀ ਨਹੀਂ ਐਦਾਂ ਹੁੰਦਾ ਹੀ ਦਿੱਕਤ ਨਹੀਂ ਆਉਂਦੀ ਫਿਰ ਜਦੋਂ ਪਤਾ ਹੈ ਕਿ ਮਦਦ ਕਰਨੀ ਤੇ ਵੇ ਕਰਣੀ ਹੈ ਤੋ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਬਹੁਤ ਸਾਰੀ ਗੱਲ ਕੀਤੀ ਐ ਮੱਕੀ ਦੀ ਰੋਟੀ ਸਾਗ ਦੀ ਤੇ ਇੰਨੀ ਗੱਲਾਂ ਕਰਕੇ ਨਾ ਹੁਣ ਮੈਨੂੰ ਬਹੁਤ ਭੁੱਖ ਲੱਗੀ ਐ ਮੈਨੂੰ ਲੱਗਦਾ ਕਿ ਤੁਹਾਡੀ ਭੁੱਖ ਕੰਮਲੀ ਹੋਈ ਰਹਿੰਦੀ ਐ ਪ੍ਰੋਗਰਾਮ ਦਾ ਵੀ ਵੇਲਾ ਹੋ ਚੁੱਕਿਆ ਐ ਤੇ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲੈਨੇ ਆ ਇਜਾਜ਼ਤ ਲੈਣੀ ਐ ਉਹ ਦਰਸ਼ਕਾਂ ਨੂੰ ਮੈਂ ਚੱਲੀ ਵੀ ਮੱਕੀ ਦੀ ਰੋਟੀ ਖਾਦਾ ਸਾਡਾ ਯਸ 2023 ਗਿਆ ਸੀ ਭਾਜੀ ਮੈਂ ਨਵਾਂ ਰੈਜ਼ੋਲੂਸ਼ਨ ਲੈ ਕੇ ਆਈਆਂ 2024 'ਚ ਮੈਨੂੰ ਭੁੱਖ ਨਹੀਂ ਲੱਗਿਆ ਇਹ ਮੈਂ ਕਦੋਂ ਲੈ ਲਿਆ ਆਪਣੇ ਨਹੀਂ ਨਹੀਂ ਫੇਲ ਹੋ ਗਿਆ ਜੀ ਪਹਿਲੇ 15 ਦਿਨ 'ਚ ਫੇਲ ਹੋ ਗਿਆ ਦਰਸ਼ਕਾਂ ਨੂੰ ਹੀ ਬਤਾ ਉਹਨਾਂ ਨੇ ਪ੍ਰੋ ਦੇਖ ਚਲੋ ਠੀਕ ਆ ਹੁਣ ਤੁਸੀਂ ਰੋਟੀ ਖਾਓ ਆਪਸ ਸਤਿ ਸ਼੍ਰੀ ਅਕਾਲ ਬੁਲਾਈਏ ਜੀ ਜੀ ਤੇ ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੀਲ ਯੂਐਸਏ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਚਲਿਏ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ